ਧੰਨ ਵਾਹਿਗੁਰੂ ਸਾਹਿਬ ਜੀ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ, ਬਾਰੰਬਾਰ ਜਾਓ ਲਖਵਾਰੀ, ਪੂਰਨ ਪਿਤ ਗੁਰ ਰਾਮ ਹਮਾਰਾ। ਹਰ ਦੇਵ ਹੋ ਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲੱਜਿਆ, ਸਭ ਧੰਨ ਕਹੋ ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕੱਜਿਆ, ਸਭ ਧੰਨ ਕਹੋ ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕੱਜਿਆ। ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਆਪਰਸ ਸਗਲ ਨਿਸਤਾਰੈ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਆਪਰਸ ਸਗਲ ਨਿਸਤਾਰੈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਇਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਇਹੇ ਤੇਹਾ ਹੋ ਕਰੀ ਵਖਿਆਨ। ਰਾਜਾਨ ਰਾਜ ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖਿਅਕ, ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ, ਨਾਮ ਦੀ ਸੀਤ ਲਹਿਰ ਦਾ ਆਨੰਦ ਮਾਣ ਰਹੇ ਹੋ। ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰੀਏ। ਮੇਰੇ ਕਹਿਣ ਤੋਂ ਭਾਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਨਾਰਾ ਬੁਲੰਦ ਕਰੀਏ। ਜਿਵੇਂ ਰੋਜ਼ਾਨਾ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਦੇਸ਼ ਤਿਸੈ ਆਦੇਸ਼। ਆਦੇਸ਼ ਤੋਂ ਭਾਵ ਨਮਸਕਾਰ, ਆਦੇਸ਼ ਤੋਂ ਭਾਵ ਵੰਦਨਾ, ਆਦੇਸ਼ ਤੋਂ ਭਾਵ ਡੰਡੋਤ। ਉਸ ਸਤਿਗੁਰੂ ਨੂੰ ਨਮਸਕਾਰ ਕਰੀਏ ਜਿਨੇ ਸਾਰੀ ਕਾਇਨਾਤ ਨੂੰ ਸਾਜਿਆ। ਉਸ ਸਤਿਗੁਰੂ ਨੂੰ ਨਮਸਕਾਰ ਕਰੀਏ ਜੋ ਯੁਗਾਂ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਸੀ। ਕਿਉਂ? ਕਿਉਂਕਿ ਇਸੇ ਸਤਿਗੁਰੂ ਨੇ ਯੁਗਾਂ ਦੀ ਰਚਨਾ ਕੀਤੀ ਹੈ। ਆਓ ਜੀ, ਦੋਨੋਂ ਹੱਥ ਜੋੜ ਕੇ ਪ੍ਰੇਮ ਸਹਿਤ ਸਾਹਿਬਾਂ ਨੂੰ ਸੀਸ ਨਿਵਾਓ।
ਅਤੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਖਾਲਸਾ, ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਜੋ ਅਸ਼ੋਕ ਨਗਰ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਸਾਹਿਬ ਵਿਖੇ ਤਰੀਏ ਗੁਰ ਵਿਚਾਰ ਇਹ ਸਮਾਗਮ ਉਲੀਕੇ ਗਏ ਨੇ, ਤਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਕੇ, ਗੁਰ ਸ਼ਬਦ ਦੀ ਵਿਚਾਰ ਤੋਂ ਜਾਣੂ ਹੋ ਕਰਕੇ ਬੰਦਾ ਇਸ ਭਵਜਲ ਸਾਗਰ ਤੋਂ ਪਾਰ ਲੰਘ ਸਕੇ। ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਚਨ ਹੈ ਕਿ ਅਰਜਨ ਸ਼ਬਦ ਜਹਾਜ਼ ਗੁਰੂ, ਪਦ ਪੰਕਜ ਸਭ ਸ੍ਰਿਸ਼ਟ ਉਧਾਰੇ। ਤਰੀਏ ਗੁਰ ਵਿਚਾਰ, ਮਹਾਰਾਜ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਤੇ ਵਿਚਾਰ ਕਰਨ ਲੱਗਾ ਗੁਰੂ ਕਿਆ ਸਿੱਖਾ, ਇਸ ਗੁਰ ਸ਼ਬਦ ਦੀ ਵਿਚਾਰ ਦੇ ਵਿੱਚ ਇਤਨੀ ਤਾਕਤ ਹੈ, ਜਿਹਨੇ ਚਰਨਾਂ ਦਾ ਓਟ ਆਸਰਾ ਤੱਕ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਨੂੰ ਸਮਝ ਲਿਆ, ਕਹਿੰਦੇ ਇਸ ਗੁਰੂ 'ਚ ਇਤਨੀ ਤਾਕਤ ਹੈ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪਦ ਪੰਕਜ ਸਭ ਸ੍ਰਿਸ਼ਟ ਉਧਾਰੇ, ਸਾਰੀ ਸ੍ਰਿਸ਼ਟੀ ਨੂੰ ਪਾਰ ਲੰਘਾ ਸਕਦੇ ਨੇ। ਕੇਵਲ ਤੈਨੂੰ ਹੀ ਨਹੀਂ, ਇਹ ਸਾਰੀ ਸ੍ਰਿਸ਼ਟੀ ਨੂੰ ਤਾਰ ਸਕਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ, ਜੋ ਲੜੀਵਾਰ ਵਿਚਾਰ ਸੁਖਮਨੀ ਸਾਹਿਬ ਜੀ ਦੇ ਨੌਵੇਂ ਅਸ਼ਟਪਦੀ ਦੇ ਸਲੋਕ ਦੀ ਸ਼ੁਰੂਆਤ 'ਤੇ ਪਹੁੰਚੀ ਹੈ, ਅਤੇ ਦਾਸ ਤੋਂ ਪਹਿਲਾਂ ਜਿਵੇਂ ਆਪ ਸਭ ਸੰਗਤਾਂ ਨੇ ਸਿੰਘ ਸਾਹਿਬ ਜੀ ਪਾਸੋਂ ਵਿਚਾਰ ਸਰਵਣ ਕੀਤੇ ਕਿ ਨਾਮ ਜਪਣਾ ਸੰਸਾਰ ਦੇ ਬੰਦੇ ਲਈ ਅਤ ਲਾਜ਼ਮੀ ਹੈ, ਜੇ ਨਾਮ ਨਾ ਹੋਵੇ ਤਾਂ ਬੰਦਾ ਭੁਆਂਟ ਨਹੀਂ ਖਾ ਕੇ ਸੰਸਾਰ ਦੇ ਤਖਤੇ ਤੋਂ ਡਿੱਗ ਪੈਂਦਾ। ਅਤੇ ਮੈਂ ਬੇਨਤੀ ਕਰਾਂ ਖਾਲਸਾ ਜੀ, ਅੱਠਵੀਂ ਅਸ਼ਟਪਦੀ ਦੇ ਵਿੱਚ ਗੱਲ ਚੱਲ ਰਹੀ ਸੀ ਬ੍ਰਹਮ ਗਿਆਨੀ ਕੀ, ਕਿ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਅਤੇ ਪ੍ਰਭਾਵ ਤੋਂ ਕਿਵੇਂ ਨਿਰਲੇਪ ਰਹਿੰਦਾ। ਗੱਲ ਚੱਲ ਰਹੀ ਸੀ ਕਿ ਬ੍ਰਹਮ ਗਿਆਨੀ ਉਹ ਮਹਾਂਪੁਰਖ ਜਿਹਨੇ ਭਗਤੀ ਕਰਕੇ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕੀਤਾ, ਉਹ ਕਿਸ ਤਰ੍ਹਾਂ ਉਹਦੀ ਦ੍ਰਿਸ਼ਟੀ ਸਮਦ੍ਰਿਸ਼ਟੀ ਬਣ ਜਾਂਦੀ ਹੈ। ਬਸ ਨੌਵੇਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਦੇ ਬੰਦੇ ਨੂੰ ਬ੍ਰਹਮ ਗਿਆਨੀ ਦੀ ਬਿਰਤੀ ਜਗਾਉਣ ਦੀ ਸਿੱਖਿਆ ਦਿੰਦੇ ਨੇ ਕਿ ਕੇਵਲ ਤੂੰ ਬ੍ਰਹਮ ਗਿਆਨੀ ਦੀ ਵਿਚਾਰ ਸਰਵਣ ਨਾ ਕਰ, ਕਿ ਬ੍ਰਹਮ ਗਿਆਨੀ ਸੰਸਾਰ 'ਤੇ ਹੁੰਦੇ ਨੇ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਉਹ ਅੰਮ੍ਰਿਤ ਦ੍ਰਿਸ਼ਟੀ ਹੁੰਦੀ ਹੈ, ਜਿਹਦੇ ਉੱਤੇ ਬ੍ਰਹਮ ਗਿਆਨੀ ਦੀ ਨਜ਼ਰ ਪੈ ਜਾਵੇ ਉਹਦੇ ਅੰਦਰ ਨਾਮ ਦੀ ਤਰੰਗਾਂ ਛਿੜ ਜਾਂਦੀਆਂ ਨੇ। ਮਹਾਰਾਜ ਕਹਿੰਦੇ ਤੂੰ ਵੀ ਇੱਕ ਉੱਦਮ ਕਰ, ਉੱਦਮ ਕਰੋ ਵੱਡੇ ਭਾਗੀ ਹੋ, ਸਿਮਰੋ ਹਰ ਹਰ ਰਾਏ, ਤੂੰ ਵੀ ਉੱਦਮ ਕਰਕੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਕਰ ਲੈ। ਸੋ ਆਓ ਇੱਕ ਵਾਰ ਰਸਨਾ ਪਵਿੱਤਰ ਕਰੀਏ, ਵਿਚਾਰ ਨੂੰ ਅਗਾਂਹ ਤੋਰੀਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਧਿਆਨ ਧਰਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ। ਸਲੋਕ ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੌਵੇਂ ਅਸ਼ਟਪਦੀ ਦੇ ਸਲੋਕ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਬ੍ਰਹਮ ਦਾ ਗਿਆਨ ਕਿਵੇਂ ਹਾਸਲ ਹੋਵੇਗਾ, ਉਸ ਬ੍ਰਹਮ ਦੀ ਸਮਝ ਕਿਵੇਂ ਪਵੇਗੀ, ਪਰਮਾਤਮਾ ਦੇ ਨਾਮ ਦੀ ਸਮਝ ਕਿਵੇਂ ਪਵੇਗੀ, ਜੋ ਸਾਡੇ ਸਰੀਰ ਦੇ ਅੰਦਰ ਬ੍ਰਹਮ ਹੈ ਉਹਦਾ ਗਿਆਨ ਕਿਵੇਂ ਹੋਵੇਗਾ। ਮਹਾਰਾਜ ਕਹਿੰਦੇ ਔਰ ਧਾਰੈ ਜੋ ਅੰਤਰ ਨਾਮ, ਪੰਜਾਬੀ ਭਾਸ਼ਾ ਵਿੱਚ ਆਪਾਂ ਉਰੇ ਲਫ਼ਜ਼ ਵਰਤਦੇ ਹਾਂ, ਹਰਿਆਣਵੀ ਭਾਸ਼ਾ ਵਿੱਚ ਵੀ ਕਈ ਸੱਜਣ ਉਰੇ ਲਫ਼ਜ਼ ਵਰਤ ਦਿੰਦੇ ਨੇ,
ਉਰੇ ਤੋਂ ਭਾਵ ਹੁੰਦਾ ਹੈ ਕਿ ਇੱਥੇ ਇਸੇ ਜਗ੍ਹਾ ਤੇ ਇਸੇ ਜਗ੍ਹਾ ਦੇ ਭਾਵ ਕੇ ਅੰਦਰ ਮਹਾਰਾਜ ਕਹਿੰਦੇ ਕਿਤੇ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ ਪਰਮਾਤਮਾ ਨੂੰ ਔਰ ਧਾਰੈ ਜੋ ਅੰਤਰਨਾਮ ਤੂੰ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰ ਲੈ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲੈ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਧਾਰਨ ਕਰ ਲੈ ਜੇ ਤੂੰ ਚਾਹੁੰਦਾ ਹੈ ਕਿ ਤੇਰੀ ਅਤੇ ਪਰਮਾਤਮਾ ਦੀ ਇੱਕ ਗੱਲ ਹੋ ਜਾਵੇ ਭਾਵ ਕਿ ਆਤਮਾ ਅਤੇ ਪਰਮਾਤਮਾ ਦਾ ਮੇਲ ਹੋ ਜਾਵੇ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੋ ਜਾਵੇ ਔਰ ਧਾਰੈ ਜੋ ਅੰਤਰਨਾਮ ਪਰ ਸੋਚਣ ਵਾਲੀ ਗੱਲ ਹੈ ਪੜ੍ਹ ਤਾਂ ਲਿਆ ਵੀ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਪਰ ਕਰਾਂਗੇ ਕਿਵੇਂ ਅੰਦਰ ਪਰਮਾਤਮਾ ਦਾ ਨਾਮ ਧਾਰਨ ਕਿਵੇਂ ਹੋਏਗਾ ਪ੍ਰੀਖਿਆ ਵੇਲੇ ਬੱਚੇ ਨੂੰ ਪ੍ਰੀਖਿਆ ਵਿੱਚੋਂ ਪਾਸ ਕਰਨ ਲਈ ਮਾਤਾ ਪਿਤਾ ਜਾਂ ਅਧਿਆਪਕ ਸਿੱਖਿਆ ਦਿੰਦੇ ਨੇ ਕਿ ਬੱਚਿਆ ਇਸ ਕਿਤਾਬ ਦੇ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਧਾਰ ਲੈ ਇਸੇ ਚੈਪਟਰ ਨੇ ਇਸੇ ਸਬਜੈਕਟ ਨੇ ਤੈਨੂੰ ਪ੍ਰੀਖਿਆ ਵਿੱਚੋਂ ਪਾਸ ਕਰਾਉਣਾ ਹੈ ਮਹਾਰਾਜ ਕਹਿੰਦੇ ਤੂੰ ਵੀ ਇੱਕ ਚੀਜ਼ ਨੂੰ ਧਾਰ ਲੈ ਕੀ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਤੂੰ ਅੰਦਰ ਧਾਰ ਲੈ ਆਪਣੇ ਹਿਰਦੇ ਦੇ ਅੰਦਰ ਧਾਰ ਲੈ ਵਾਹਿਗੁਰੂ ਗੁਰਮੰਤਰ ਦੀ ਧੁਨ ਨੂੰ ਮੂਲ ਮੰਤਰ ਦੀ ਧੁਨ ਨੂੰ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ ਅੰਤਰ ਔਰ ਧਾਰੈ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਮੈਂ ਬੇਨਤੀ ਕੀਤੀ ਸੀ ਵੀ ਅੰਦਰ ਧਾਰਿਆ ਕਿਵੇਂ ਜਾਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਖੁਦ ਗੁਰਬਾਣੀ ਹੀ ਕਰ ਸਕਦੀ ਹੈ ਸੰਸਾਰ ਦਾ ਬੰਦਾ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਅੰਦਰ ਧਾਰਿਆ ਜਾ ਸਕਦਾ ਹੈ ਕਦੋਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਸਤਸੰਗਤ ਵਿੱਚ ਆ ਕੇ ਤੂੰ ਗੁਰੂ ਅੱਗੇ ਅਰਦਾਸ ਕਰ ਤਰਲਾ ਪਾ ਕਿ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਏ ਵਾਸਾ ਕਿਰਪਾ ਕਰਕੇ ਮੈਨੂੰ ਰਹਿਮਤਾਂ ਦਾ ਮੀਂਹ ਵਰਸਾ ਦੇ ਆਪਣੀ ਜਿਹਬਾ ਦੇ ਦੁਆਰਾ ਰਸਨਾ ਦੇ ਦੁਆਰਾ ਜਪਣਾ ਸ਼ੁਰੂ ਕਰ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਅਗਲੀ ਪੰਕਤੀ ਜਿਹੜੀ ਸਲੋਕ ਵਿੱਚ ਹੈ ਕਿ ਸਰਬ ਮੈਂ ਪੇਖੈ ਭਗਵਾਨ ਉਹੀ ਗੱਲ ਕਿ ਨੇਤਰੀ ਸਤਿਗੁਰ ਪੇਖਣਾ ਵੇਖੋ ਆਪਾਂ ਗੁਰੂ ਘਰ ਨਮਸਕਾਰ ਕਰਨ ਲਈ ਆ ਰਹੇ ਹਾਂ ਅਤੇ ਆਪਾਂ ਕਹਾਂਗੇ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖ ਲਿਆ ਪੇਖ ਲਿਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਏ ਪਰ ਮਹਾਰਾਜ ਕਹਿੰਦੇ ਨਹੀਂ ਹਿਰਦੇ ਦੇ ਅੰਦਰ ਔਰ ਧਾਰ ਹੈ ਜੋ ਅੰਤਰਨਾਮ ਹਿਰਦੇ ਵਿੱਚ ਨਾਮ ਉਦੋਂ ਧਾਰਨ ਕੀਤਾ ਜਾਵੇਗਾ ਅਸਲ ਵਿੱਚ ਹਿਰਦੇ 'ਚ ਨਾਮ ਧਾਰਨ ਹੀ ਉਦੋਂ ਹੁੰਦਾ ਜਦੋਂ ਸਰਬ ਮੈਂ ਪੇਖਿਆ ਭਗਵਾਨ ਜਦੋਂ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਉਣ ਲੱਗ ਜਾਵੇ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ ਜਦੋਂ ਘੱਟ ਘੱਟ ਦੇ ਵਿੱਚ ਜਿੱਦਾਂ ਆਰਤੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਭ ਮਹਿ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮਹਿ ਚਾਨਣ ਹੋਏ ਮਹਾਰਾਜ ਕਹਿੰਦੇ ਜਿਤਨੀ ਵੀ ਕਾਇਨਾਤ ਕੁੱਲ ਕਾਇਨਾਤ ਤੈਨੂੰ ਨਜ਼ਰ ਆ ਰਹੀ ਹੈ ਇਹਨਾਂ ਸਾਰਿਆਂ ਵਿੱਚ ਜੋਤ ਤੇ ਪਰਮਾਤਮਾ ਦੀ ਹੈ ਬਸ ਉਸੇ ਜੋਤ ਨੂੰ ਵੇਖਣਾ ਜਿਹੜੇ ਬੰਦਗੀ ਵਾਲੇ ਭਗਤੀ ਵਾਲੇ ਮਹਾਂਪੁਰਖ ਨੇ ਉਹ ਕਿਹਾ ਕਰਦੇ ਨੇ ਕਿ ਵੇਖੋ ਸਰੀਰ ਨਜ਼ਰ ਆ ਰਿਹਾ ਅੱਖਾਂ ਨਜ਼ਰ ਆ ਰਹੀਆਂ ਨੇ ਕੰਨ ਨਜ਼ਰ ਆ ਰਹੇ ਨੇ ਨਾਸਕਾ ਨਜ਼ਰ ਆ ਰਹੀ ਹੈ ਪਰ ਸੱਚ ਜਾਣਿਓ ਅਧਿਆਤਮਕ ਦੇ ਰਾਹ 'ਤੇ ਤੁਰ ਕੇ ਇਹ ਗਿਆਨ ਪ੍ਰਾਪਤ ਹੁੰਦਾ ਕਿ ਇਹ ਸਰੀਰ ਅਸਲ ਵਿੱਚ ਇਹ ਸਰੀਰ ਦੀ ਕੋਈ ਹਸਤੀ ਨਹੀਂ ਇਹ ਅੱਖਾਂ ਇਹ ਨਾਸਕਾ ਇਹ ਕੰਨ ਇਹਨਾਂ ਦੀ ਕੋਈ ਹਸਤੀ ਨਹੀਂ ਕਿਉਂਕਿ ਕੋਈ ਇੱਕ ਵਸਤੂ ਹੈ ਜੋ ਇਸ ਸਰੀਰ ਦੇ ਅੰਦਰ ਬੈਠ ਕੇ ਇਹਨਾਂ ਅੱਖਾਂ ਨੂੰ ਨਾਸਕਾਂ ਨੂੰ ਮਹਿਸੂਸ ਕਰ ਰਹੀ ਹੈ ਬਸ ਉਹੀ ਪਰਮਾਤਮਾ ਦੀ ਜੋਤ ਹੈ ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਪ੍ਰਾਪਤ ਉਦੋਂ ਹੋਵੇਗਾ ਜਦੋਂ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰੇਗਾ ਅਤੇ ਨਾਮ ਧਾਰਨ ਉਦੋਂ ਹੋਵੇਗਾ ਜਦੋਂ ਸਰਬ ਮੈਂ ਪੇਖਿਆ ਭਗਵਾਨ ਹੁਣ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆ ਜਾਵੇ ਕਿਉਂ ਇਹ ਗੱਲ ਲਾਜ਼ਮੀ ਕਿਉਂ ਕੀਤੀ ਮਹਾਰਾਜ ਨੇ ਮਹਾਰਾਜ ਕਹਿੰਦੇ ਨਾਮ ਉਦੋਂ ਤੱਕ ਹਿਰਦੇ 'ਚ ਧਾਰਨ ਨਹੀਂ ਹੁੰਦਾ ਜਦੋਂ ਤੱਕ ਹਿਰਦੇ ਦੇ ਅੰਦਰੋਂ ਹੰਕਾਰ ਖਤਮ ਨਾ ਹੋ ਜਾਵੇ ਜਦੋਂ ਤੱਕ ਹਿਰਦੇ ਦੇ ਅੰਦਰੋਂ ਵੈਰ ਵਿਰੋਧਤਾ ਖਤਮ ਨਾ ਹੋ ਜਾਵੇ ਇਸੇ ਕਰਕੇ ਮਹਾਰਾਜ ਨੇ ਨਿਰਭਉ ਅਤੇ ਨਿਰਵੈਰ ਦਾ ਕੰਸੈਪਟ ਬਖਸ਼ਿਆ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਹੁਤ ਪਿਆਰਾ ਬਚਨ ਹੈ ਸਰਬ ਲੋਕ ਗ੍ਰੰਥ ਵਿੱਚ। ਸਰਬ ਮੈਂ ਪੇਖਿਆ ਭਗਵਾਨ ਦੀ ਵਿਆਖਿਆ ਮਹਾਰਾਜ ਕਰਦੇ, ਕਹਿੰਦੇ ਖਾਲਕ ਖਲਕ ਖਲਕ ਦਰ ਖਾਲਕ, ਦਿਲ ਅੰਦਰ ਦੀ ਦਾਨ ਸਰਸਤ, ਨੂਰ ਨ ਅੱਲਹ ਨੂਰ ਨ ਰੋਸ਼ਨ, ਦਿਲ ਬੈਜ਼ਾਰਾ ਚੂ ਹੈਵਾਨ ਅਸਤ। ਗੁਰੂ ਕਿਓ ਸਿੱਖੋ ਸਰਬ ਮੈਂ ਪੇਖਿਆ ਭਗਵਾਨ ਮਹਾਰਾਜ, ਕਹਿੰਦੇ ਖਲਕਤ ਦੇ ਵਿੱਚ ਪਰਮਾਤਮਾ ਹੈ ਅਤੇ ਉਹਨੂੰ ਵੇਖ। ਕਿਉਂ? ਕਿਉਂਕਿ ਜਦੋਂ ਤੱਕ ਤੂੰ ਖਲਕਤ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਨਹੀਂ ਵੇਖੇਗਾ, ਹਿਰਦੇ 'ਚੋਂ ਹੰਕਾਰ ਨਹੀਂ ਜਾ ਸਕਦਾ। ਸੱਚ ਜਾਣੀ ਜਦੋਂ ਤੱਕ ਹਿਰਦੇ 'ਚੋਂ ਹੰਕਾਰ ਨਹੀਂ ਜਾਏਗਾ, ਨਾਮ ਧਾਰਨ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤਾਂ ਤੇ ਤੁਮ ਹੂੰ ਹੇ ਗੁਰ ਸਿੱਖੋ, ਮਨ ਤਨ ਗਰਭ ਨਾ ਮੂਲ ਅਲਾਏ। ਆਪਣੇ ਹਿਰਦੇ ਦੇ ਵਿੱਚੋਂ, ਤਨ ਦੇ ਵਿੱਚੋਂ, ਮਨ ਦੇ ਵਿੱਚੋਂ ਹੰਕਾਰ ਕੱਢ ਕੇ ਇੱਕ ਵਾਰ ਭਾਈ ਘਨੱਈਆ ਜੀ ਦੀ ਅੱਖ ਦੇ ਨਾਲ ਸਾਰਿਆਂ ਵਿੱਚੋਂ ਉਸ ਪਰਮਾਤਮਾ ਦੇ ਨੂਰ ਦੇ ਲਿਸ਼ਕਾਰੇ ਦੇਖ ਲਓ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਸਾਰਿਆਂ ਵਿੱਚ ਵਰਤ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਕਾਲ ਉਸਤਤ ਦੇ ਵਿੱਚ ਉਹਨਾਂ ਨੇ ਵੇਖਣਾ ਵਿਖਾਇਆ। ਕਹਿੰਦੇ ਮਜ਼ਹਬ ਦੇ ਵਿਤਕਰੇ ਛੱਡ ਦਿਓ, ਇਹ ਨਹੀਂ ਕਿ ਮੇਰੇ ਮਜ਼ਹਬ ਦਾ ਬੰਦਾ ਹੈ ਅਤੇ ਕੇਵਲ ਉਸੇ ਵਿੱਚ ਹੀ ਪਰਮਾਤਮਾ ਦੀ ਜੋਤ ਹੈ। ਮਹਾਰਾਜ ਕਹਿੰਦੇ ਨਹੀਂ, ਕਹੂੰ ਹੋਏ ਕਹਿ ਹਿੰਦੂਆ, ਗਾਇਤਰੀ ਕੋ ਗੁਪਤ ਜਪਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ ਸਾਰਿਆਂ ਵਿੱਚ ਭਗਵਾਨ ਕਿਵੇਂ ਵੇਖੀਏ। ਮਹਾਰਾਜ ਕਹਿੰਦੇ ਖੁਦਾ ਤੂੰ ਧੰਨ ਹੈ, ਪਰਮਾਤਮਾ ਤੂੰ ਧੰਨ ਹੈ, ਕਿਤੇ ਹਿੰਦੂ ਦੇ ਰੂਪ ਦੇ ਵਿੱਚ ਬੈਠ ਕੇ ਗਾਇਤਰੀ ਪੜ੍ਹ ਰਿਹਾ ਅਤੇ ਕਹੂੰ ਹੋਏ ਕਹਿ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਿਤੇ ਮੁਸਲਮਾਨ ਦੇ ਰੂਪ ਦੇ ਵਿੱਚ ਕੁਰਾਨ ਦੀਆਂ ਬਾਂਗਾਂ ਪਿਆ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੇਖੋ ਭਗਵਾਨ ਨੂੰ ਕਿਵੇਂ ਉਹਦੇ ਲਿਸ਼ਕਾਰੇ ਉਹ ਲਿਸ਼ਕ ਰਹੇ ਨੇ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ। ਰੋਹ ਕੇ ਰੁਹੇਲੇ ਮਾਗ, ਦੇਸ਼ ਕੇ ਮਘੇਲੇ ਵੀਰ, ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਦੇ ਨੇ ਕਿ ਮਜ਼ਹਬਾਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ, ਇੱਕ ਦੇਸ਼ ਦੀ ਹੱਦ ਤੋਂ ਉੱਤੇ ਉੱਠ ਕੇ, ਇਲਾਕੇ ਦੀ ਹੱਦ ਤੋਂ ਉੱਤੇ ਉੱਠ ਕੇ ਗੁਰੂ ਕਿਆ ਸਿੱਖਾ ਸਾਰਿਆਂ ਵਿੱਚ ਪਰਮਾਤਮਾ ਦੇ ਨੂਰ ਨੂੰ ਵੇਖਣਾ ਸ਼ੁਰੂ ਕਰਦੇ, ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖਣਾ ਸ਼ੁਰੂ ਕਰਦੇ। ਸਰਬ ਮੈਂ ਪੇਖਿਆ ਭਗਵਾਨ, ਅਸਲ ਵਿੱਚ ਬ੍ਰਹਮ ਦਾ ਗਿਆਨ ਹੁੰਦਾ ਹੀ ਉਹਨੂੰ ਹੈ ਜਿਹੜਾ ਸਾਰਿਆਂ ਵਿੱਚ ਭਗਵਾਨ ਨੂੰ ਵੇਖੇ। ਅਤੇ ਮੈਂ ਇੱਕ ਬਚਨ ਸਾਂਝਾ ਕਰਾਂ ਕਿ ਪਿਆਰਿਓ, ਬਾਹਰ ਮੁਖੀ ਸੰਸਾਰ ਵਿੱਚ ਭਗਵਾਨ ਉਦੋਂ ਤੱਕ ਨਜ਼ਰ ਨਹੀਂ ਆਉਣਾ ਜਦੋਂ ਤੱਕ ਆਪਣੇ ਹਿਰਦੇ ਦੇ ਵਿੱਚ ਨਜ਼ਰ ਨਾ ਆਇਆ। ਕਿਉਂਕਿ ਆਪਾਂ ਅੱਖਾਂ ਬੰਦ ਕਰਦੇ ਹਾਂ, ਨੇਤਰ ਬੰਦ ਕਰਦੇ ਹਾਂ ਬਾਣੀ ਪੜ੍ਹਨ ਵੇਲੇ, ਸਿਮਰਨ ਕਰਨ ਵੇਲੇ ਨੇਤਰ ਬੰਦ ਕਰਦੇ ਹਾਂ ਅਤੇ ਪਿਆਰਿਓ ਅੱਖਾਂ ਅੱਗੇ ਹਨੇਰਾ ਆ ਜਾਂਦਾ, ਹਾਲੇ ਤੱਕ ਭਗਵਾਨ ਨਹੀਂ ਵਿਖਿਆ। ਇਹੋ ਕਾਰਨ ਹੈ ਅੱਖਾਂ ਬੰਦ ਕਰਦੇ ਹਾਂ ਅਤੇ ਹਨੇਰਾ ਆਉਂਦਾ, ਜਦੋਂ ਅੱਖਾਂ ਖੋਲਦੇ ਹਾਂ ਅਤੇ ਸੰਸਾਰ ਨਜ਼ਰ ਆਉਂਦਾ, ਇਹ ਸੰਸਾਰ ਵੀ ਹਨੇਰਾ ਹੈ। ਮਹਾਰਾਜ ਕਹਿੰਦੇ ਪਹਿਲਾਂ ਹਿਰਦੇ ਵਿੱਚ ਭਗਵਾਨ ਨੂੰ ਵੇਖ, ਤਾਂ ਹੀ ਬਾਹਰ ਮੁਖੀ ਸੰਸਾਰ 'ਚ ਵੇਖ ਸਕੇਗਾ। ਮਹਾਂਪੁਰਖ ਬਚਨ ਸੁਣਾਇਆ ਕਰਦੇ ਨੇ ਬੰਦਗੀ ਵਾਲੇ ਕਿ ਜਦੋਂ ਚੌਂਕੜਾ ਲਾ ਕੇ ਬੈਠਣਾ ਸ਼ੁਰੂ ਕਰਦੇ ਹਾਂ, ਵਾਹਿਗੁਰੂ ਦੀ ਧੁਨ ਨੂੰ ਜਪਣਾ ਸ਼ੁਰੂ ਕਰਦੇ ਹਾਂ, ਕਹਿੰਦੇ ਜਿੱਦਣ ਪਹਿਲੇ ਦਿਨ ਜਪਣਾ ਸ਼ੁਰੂ ਕੀਤਾ ਸੀ ਨਾ, ਅੱਖਾਂ ਅੱਗੇ ਹਨੇਰਾ ਆਉਂਦਾ ਸੀ, ਕੁਝ ਨਜ਼ਰ ਨਹੀਂ ਸੀ ਆ ਰਿਹਾ, ਕੁਝ ਦਿਖ ਨਹੀਂ ਸੀ ਰਿਹਾ, ਪਰ ਕਹਿੰਦੇ ਜਦੋਂ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ 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 ਵਾਹਿਗੁਰੂ, ਉਹਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਤਰਲੇ ਪਾਉਣੇ ਸ਼ੁਰੂ ਕਰ ਦਿੱਤੇ ਕਿ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ, ਕਿਰਪਾ ਕਰੋ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਕਹਿੰਦੇ ਜਦੋਂ ਉਹਨੂੰ ਤਰਲੇ ਪਾਉਣੇ ਸ਼ੁਰੂ ਕਰ ਦਿੱਤੇ, ਕੋਈ ਦਿਨ ਸੀ ਅੱਖਾਂ ਬੰਦ ਕਰਦੇ ਸਾਂ ਹਨੇਰਾ ਨਜ਼ਰ ਆਉਂਦਾ ਸੀ, ਅੱਜ ਅੱਖਾਂ ਬੰਦ ਕਰਦੇ ਹਾਂ ਗੁਰੂ ਨਾਨਕ ਦੇ ਲਿਸ਼ਕਾਰੇ ਨਜ਼ਰ ਆਉਂਦੇ ਨੇ, ਅੱਜ ਅੱਖਾਂ ਬੰਦ ਕਰਦੇ ਹਾਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਚੱਲਦੀਆਂ ਨੇ। ਵੇਖੋ ਗੱਲ ਚੱਲ ਰਹੀ ਸਰਬ ਮੈਂ ਪੇਖਿਆ ਭਗਵਾਨ, ਸਾਰਿਆਂ ਵਿੱਚ ਭਗਵਾਨ ਵੇਖਣ ਦੀ ਗੱਲ ਚੱਲ ਰਹੀ ਹੈ, ਪਰ ਲੋੜ ਹੈ ਪਹਿਲਾਂ ਆਪਣੇ ਹਿਰਦੇ ਦੇ ਵਿੱਚ ਭਗਵਾਨ ਨੂੰ ਵੇਖੀਏ। ਜਿੱਦਣ ਹਿਰਦੇ ਵਿੱਚ ਵੇਖਾਂਗੇ, ਉਦਣ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਮੈਂ ਅਕਸਰ ਬੇਨਤੀ ਕਰਿਆ ਕਰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਨਮਸਕਾਰ ਕਰਦੇ ਹਾਂ ਨਾ, ਤਾਂ ਸਾਡੀ ਭਾਵਨਾ ਦੀਆਂ ਅੱਖਾਂ ਖੁੱਲ੍ਹ ਜਾਣ,
ਤਾਬਿਆ ਬੈਠੇ ਗੁਰਸਿੱਖ ਦੀ ਜਗ੍ਹਾ ਸਾਨੂੰ ਗੁਰੂ ਨਾਨਕ ਦੇ ਗੁਰੂ ਕਲਗੀਧਰ ਦੇ ਦਰਸ਼ਨ ਹੋ ਜਾਣ। ਸਰਬ ਮੈਂ ਪੇਖੈ ਭਗਵਾਨ ਗ੍ਰੰਥੀ ਸਿੰਘ ਸਜਿਆ ਹੈ, ਗੁਰੂ ਘਰ ਕੋਈ ਸੇਵਾ ਕਰ ਰਿਹਾ ਹੈ, ਸਾਨੂੰ ਸਾਰੇ ਭਗਵਾਨ ਦਾ ਪਰਮਾਤਮਾ ਦਾ ਰੂਪ ਨਜ਼ਰ ਆਉਣ। ਰਹੋ ਵਿਚਾਰ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਸਮਝਾਉਂਦੇ ਨੇ ਕਿ ਸਰਬ ਮੈਂ ਪੇਖੈ ਭਗਵਾਨ ਇਹ ਸਮ ਦ੍ਰਿਸ਼ਟੀ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਇਹ ਜਿਹੜੇ ਨੇਤਰ ਅੰਨੇ ਨੇ, ਜਿਨ੍ਹਾਂ ਅੱਖਾਂ ਨੂੰ ਕੁਝ ਦਿਸਦਾ ਨਹੀਂ, ਭਗਵਾਨ ਦੀ ਜੋਤ ਨਜ਼ਰ ਨਹੀਂ ਆਉਂਦੀ, ਇਹ ਅੱਖਾਂ ਕਦੋਂ ਖੁੱਲ੍ਹਣਗੀਆਂ, ਇਹ ਅੱਖਾਂ ਨੂੰ ਰੋਸ਼ਨੀ ਕਦੋਂ ਮਿਲੇਗੀ? ਮਹਾਰਾਜ ਕਹਿੰਦੇ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਕਹਿੰਦੇ ਤੂੰ ਇੱਕ ਇੱਕ ਨਿਮਖ ਨਿਮਖ ਇੱਕ ਇੱਕ ਪਲ ਦੇ ਵਿੱਚ ਕਰੋੜਾਂ ਵਾਰੋ ਸਤਿਗੁਰੂ ਨੂੰ ਨਮਸਕਾਰ ਕਰ ਦਿਆ ਕਰ। ਨਮਸਕਾਰ ਕਰਨ ਦਾ ਭਾਵ ਕੇਵਲ ਇਹ ਨਹੀਂ ਕਿ ਦੋਨੋਂ ਹੱਥ ਜੋੜ ਕੇ ਸਤਿਗੁਰੂ ਅੱਗੇ ਲੰਮਾ ਪੈ ਕੇ ਡੰਡੋਤ ਕਰ ਦੇ, ਜਿਵੇਂ ਜਾਪ ਸਾਹਿਬ 'ਚ ਪੜ੍ਹਦੇ ਹਾਂ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਤੇਰੀ ਰਸਨਾ 'ਤੇ ਪੜ੍ਹ ਰਹੀ ਹੈ ਪਰ ਤੇਰਾ ਹਿਰਦਾ ਵੀ ਨਮਸਕਾਰ ਕਰੇ ਕਿ ਐ ਪਰਮਾਤਮਾ ਮੈਨੂੰ ਤੇਰੀ ਨਮਸਕਾਰ ਹੈ, ਤੂੰ ਤੇ ਕਾਲ ਤੋਂ ਰਹਿਤ ਹੈ। ਪਰਮਾਤਮਾ ਮੈਨੂੰ ਤੇਰੀ ਨਮਸਕਾਰ ਹੈ, ਤੂੰ ਮੇਰੇ ਉੱਤੇ ਕਿੰਨੀ ਕਿਰਪਾ ਕੀਤੀ, ਮੈਨੂੰ ਸਰੀਰ ਬਖਸ਼ਿਆ। ਪਰਮਾਤਮਾ ਮੈਨੂੰ ਸੰਸਾਰ ਦੇ ਵਿੱਚ ਜੀਣ ਦੇ ਲਈ ਤੂੰ ਸਾਹ ਬਖਸ਼ੇ। ਮਹਾਰਾਜ ਕਹਿੰਦੇ ਤੂੰ ਸਾਹ ਲਵੇਂ ਤੇ ਤੂੰ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਵੇਂ, ਤੂੰ ਸਾਹ ਲਵੇਂ ਤੂੰ ਪਰਮਾਤਮਾ ਨੂੰ ਨਮਸਕਾਰ ਕਰੇ। ਜਾਪ ਸਾਹਿਬ ਦੇ ਵਿੱਚ ਨਮਸਤਵੰ ਸ਼ਬਦ ਵਰਤਣ ਦਾ ਕਾਰਨ ਇਸ ਹੋਈ ਕਿ ਕਿਤੇ ਗੁਰੂ ਕੇ ਸਿੱਖ ਨੂੰ ਪਰਮਾਤਮਾ ਨੂੰ ਨਮਸਕਾਰ ਕਰਨੀ ਆ ਜਾਵੇ, ਅਸਲ ਵਾਲੀ ਨਮਸਕਾਰ ਕਰਨੀ ਆ ਜਾਵੇ, ਕਿਉਂਕਿ ਸੀਸ ਨਵਾਈਐ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਏ। ਬੰਦਨਾ ਕਰਨੀ ਆ ਜਾਵੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਹੇ। ਬੰਦਨਾ ਬੰਦਨ ਨਿਤ ਪ੍ਰਭ ਕੋ ਚਰਨ ਕਵਲ ਪ੍ਰਭ ਬੰਦਨਾ। ਮਹਾਰਾਜ ਕਹਿੰਦੇ ਹਰ ਇੱਕ ਪਲ ਦੇ ਵਿੱਚ ਹਰ ਇੱਕ ਸਾਹ ਦੇ ਨਾਲ ਉਹਨੂੰ ਨਮਸਕਾਰ ਕਰ, ਉਹਨੂੰ ਚੇਤੇ ਵਿੱਚ ਰੱਖ, ਉਹਨੂੰ ਯਾਦ ਵਿੱਚ ਰੱਖ, ਸੁਰਤੀ ਵਿੱਚ ਰੱਖ ਅਤੇ ਉਸ ਠਾਕੁਰ ਨੂੰ ਪਰਮਾਤਮਾ ਨੂੰ ਨਮਸਕਾਰ ਕਰ। ਨਾਨਕ ਉਹ ਅਪਰਸ ਸਗਲ ਨਿਸਤਾਰੈ, ਉਹ ਅਪਰਸ ਅਪਰਸ ਕਈ ਸਰੀਰ ਪੜ੍ਹ ਦਿੰਦੇ ਨੇ, ਅਪਰਸ ਤੋਂ ਭਾਵ ਹੁੰਦਾ ਹੈ ਜਿਹਨੂੰ ਕੋਈ ਛੂਹ ਨਾ ਸਕੇ, ਜਿਹੜਾ ਸੱਚਾ ਹੈ, ਜਿਹੜਾ ਖਾਲਸ ਹੈ, ਜਿਹਨੂੰ ਕੋਈ ਛੂਹ ਨਾ ਸਕੇ। ਅਤੇ ਆਪਾਂ ਕਹਾਂਗੇ ਵੀ ਕਿਹੜੀ ਚੀਜ਼ ਨਾ ਛੂ ਸਕੇ? ਮੈਂ ਇੱਕ ਬਚਨ ਸਾਂਝਾ ਕਰਾਂ, ਇਹ ਨਹੀਂ ਕਿ ਬੰਦਾ ਕਿਸੇ ਨੂੰ ਹੱਥ ਲਾਵੇ ਅਤੇ ਹੱਥ ਪਕੜ 'ਚ ਨਾ ਆਵੇ, ਪਕੜ ਵਿੱਚ ਪਾਣੀ ਵੀ ਨਹੀਂ ਆਉਂਦਾ, ਪਕੜ ਵਿੱਚ ਹਵਾ ਵੀ ਨਹੀਂ ਆਉਂਦੀ। ਪਰ ਇੱਥੇ ਗੱਲ ਹਵਾ ਅਤੇ ਪਾਣੀ ਦੀ ਨਹੀਂ ਚੱਲ ਰਹੀ, ਗੱਲ ਚੱਲ ਰਹੀ ਹੈ ਪਰਮਾਤਮਾ ਦੀ ਅਤੇ ਪਰਮਾਤਮਾ ਨੂੰ ਜਪਣ ਵਾਲਿਆਂ ਦੀ। ਅਪਰਸ ਉਹ ਹੈ ਜਿਹਨੂੰ ਵਕਾਰ ਛੂਹ ਨਾ ਸਕਣ, ਜਿਹਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਛੂਹ ਨਾ ਸਕਣ, ਜਿਹੜਾ ਉਹਨਾਂ ਦੀ ਪਕੜ ਤੋਂ ਪਰੇ ਹੋ ਜਾਵੇ। ਸੋ ਸਤਿਗੁਰੂ ਨੇ ਕਿਰਪਾ ਕੀਤੀ, ਸਲੋਕ ਦੀ ਪ੍ਰਾਰੰਭਤਾ ਵਿੱਚ ਇਹ ਗੱਲ ਸਿਖਾਈ ਕਿ ਗੁਰੂ ਕਿਆ ਸਿੱਖਾ, ਬ੍ਰਹਮ ਦਾ ਗਿਆਨ ਉਦੋਂ ਪ੍ਰਾਪਤ ਹੋਵੇਗਾ ਜਦੋਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰੇਗਾ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰੇਗਾ। ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਸੱਚੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਸੱਚੇ ਨਾਮ ਨੂੰ ਧਾਰਜ ਕਰੇਗਾ ਅਤੇ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਜੋਤ ਦੇ ਲਿਸ਼ਕਾਰਿਆਂ ਨੂੰ ਨਜ਼ਰ ਕਰੇਗਾ, ਦੇਖੇਗਾ ਪਰਮਾਤਮਾ ਦੇ ਜੋਤ ਦੇ ਲਿਸ਼ਕਾਰਿਆਂ ਨੂੰ। ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਪਰਮਾਤਮਾ ਨੂੰ ਨਮਸਕਾਰ ਕਰੇਗਾ ਜਿਹਨੂੰ ਵਿਸ਼ੇ ਵਕਾਰ ਛੂਹ ਨਹੀਂ ਸਕਦੇ, ਜਿਹਨੂੰ ਕਾਲ ਛੂਹ ਨਹੀਂ ਸਕਦਾ। ਸੋ ਹੁਣ ਅਸ਼ਟਪਦੀ ਦੀ ਪ੍ਰਾਰੰਭਤਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕੀ ਬਚਨ ਕਰਦੇ ਨੇ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹੇ ਪ੍ਰੀਤ ਨਿਰੰਜਨ ਦਰਸ। ਅਸ਼ਟਪਦੀ ਤੋਂ ਭਾਵ ਅੱਠ ਪਦਿਆਂ ਵਾਲੀ ਸਟੈਂਜਾ ਕਹਿ ਲਈਏ ਆਪਾਂ ਸਰਲ ਭਾਸ਼ਾ ਦੇ ਵਿੱਚ। ਮੈਂ ਬੇਨਤੀ ਕਰਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸ਼ਟਪਦੀ ਅੱਠ ਪਦਿਆਂ ਵਾਲੇ ਇਹ ਸ਼ਬਦ ਵਰਤੇ, ਅਤੇ ਦਿਨ ਦੇ ਵਿੱਚ ਅੱਠ ਪਹਿਰ ਵੀ ਹੁੰਦੇ ਨੇ, ਅਤੇ ਜੇ ਪਿਆਰਿਓ ਅੱਠ ਪਦੀ ਅਸ਼ਟਪਦੀ ਦੇ ਇੱਕ ਇੱਕ ਪਦੇ ਨੂੰ ਵੀ ਆਪਾਂ ਇੱਕ ਇੱਕ ਪੈਰ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਈਏ, ਸੱਚ ਜਾਣਿਓ 24 ਦਿਨਾਂ ਦੇ ਵਿੱਚ ਸਾਨੂੰ ਸਾਰੇ ਸੁਖਮਣੀ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਕੰਠ ਕਰਾ ਦੇਣਗੇ। ਜੇ ਇੱਕ ਇੱਕ ਪੈਰ ਦੇ ਵਿੱਚ ਵੀ ਆਪਾਂ ਇੱਕ ਇੱਕ ਪਦੇ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਇੱਕ ਇੱਕ ਪਦੇ ਨੂੰ ਕੰਠ ਕਰਕੇ ਸਤਿਗੁਰੂ ਅੱਗੇ ਤਰਲਾ ਪਾ ਕੇ ਕਹੀਏ ਕਿ ਪਾਤਸ਼ਾਹ ਜੋ ਅਸੀਂ ਪੜ੍ਹਿਆ ਹੈ, ਜੋ ਅਸੀਂ ਸੁਣਿਆ ਹੈ,
ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਵਸਾ ਵੀ ਦਿਓ, ਸਾਨੂੰ ਉਸ ਨਾਮ ਦੀ ਦਾਤ ਵੀ ਸਾਡੇ ਹਿਰਦੇ ਵਿੱਚ ਝੋਲੀ ਵਿੱਚ ਪਾ ਦਿਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਿਰਦੇ ਵਿੱਚ ਨਾਮ ਕਿਵੇਂ ਧਾਰਨ ਹੋਵੇਗਾ, ਸਾਰਿਆਂ ਵਿੱਚ ਪਰਮਾਤਮਾ ਕਿਵੇਂ ਨਜ਼ਰ ਆਵੇਗਾ, ਉਹ ਠਾਕੁਰ ਨੂੰ ਅਸਲੀ ਨਮਸਕਾਰ ਕਿਵੇਂ ਹੋਵੇਗੀ। ਕਹਿੰਦੇ ਮਿੱਥਿਆ ਨਾਹੀ ਰਸਨਾ ਪਰਸ, ਮਿੱਥਿਆ ਤੋਂ ਭਾਵ ਝੂਠ, ਮਿੱਥਿਆ ਤੋਂ ਭਾਵ ਕੂੜ। ਵੈਸੇ ਜ਼ਿਆਦਾਤਰ ਵਿਦਵਾਨ ਇਹ ਗੱਲ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜੋ ਅਸ਼ਟਪਦੀ ਹੈ ਇਹ ਉਹਨਾਂ ਮਹਾਂਪੁਰਖਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੇ ਨੇ ਕਿ ਜਿਨ੍ਹਾਂ ਨੇ ਜਪਿਆ। ਪਰ ਮੈਂ ਅਕਸਰ ਇਹ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਜਪਿਆ, ਜਪਣ ਵਾਲਿਆਂ ਦੀ ਗੱਲ ਤਾਂ ਗੁਰੂ ਨੇ ਕੀਤੀ, ਪਰ ਜਪਣ ਵਾਲਿਆਂ ਦੀ ਗੱਲ ਕਰਕੇ ਗੁਰੂ ਨੇ ਦੱਸਿਆ ਵੀ ਗੁਰੂ ਕਿਆ ਸਿੱਖਾ, ਉੱਠ ਅਤੇ ਤੂੰ ਵੀ ਪਰਮਾਤਮਾ ਦੇ ਨਾਮ ਦੇ ਰਸਤੇ 'ਤੇ ਤੁਰਨ ਦੀ ਸ਼ੁਰੂਆਤ ਕਰ ਦੇ। ਮਹਾਰਾਜ ਕਹਿੰਦੇ ਮਿੱਥਿਆ ਨਾਹੀਂ ਰਸਨਾ ਪਰਸ, ਤੇਰੀ ਰਸਨਾ ਤੇਰੀ ਜ਼ੁਬਾਨ ਇਹ ਝੂਠੇ ਸਵਾਦਾਂ ਦੇ ਵਿੱਚ ਕਿਤੇ ਗਲਕਤ ਨਾ ਹੋ ਜਾਵੇ। ਜਿਹੜਾ ਆਪਾਂ ਕਹਿੰਦੇ ਹਾਂ ਨਾ ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ। ਵੇਖੋ ਰਸਨਾ 36 ਪ੍ਰਕਾਰ ਦੇ ਭੋਜਨਾਂ ਨੂੰ ਛਕਦੀ ਹੈ, ਗ੍ਰਹਿਣ ਕਰਦੀ ਹੈ। ਇਹ ਜੀਵ, ਇਹ ਜ਼ੁਬਾਨ, ਇਹ ਰਸਨਾ ਸਾਰਾ ਦਿਨ ਸੰਸਾਰ ਦੀਆਂ ਗੱਲਾਂ ਕਰਦੀ ਹੈ, ਪਰ ਆਪਾਂ ਫਿਰ ਵੀ ਕਹਿ ਦਿੰਦੇ ਹਾਂ, ਸ਼ਬਦ ਵਰਤ ਜਾਂਦੇ ਹਾਂ ਕਿ ਪਿਆਸ ਲੱਗੀ ਹੈ, ਤ੍ਰੇਹ ਲੱਗੀ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਇਸ ਰਸਨਾ ਨੂੰ ਜਲ ਦੀ ਪਿਆਸ ਨਹੀਂ, ਇਸ ਰਸਨਾ ਨੂੰ ਭੋਜਨ ਦੀ ਤ੍ਰੇਹ ਨਹੀਂ, ਇਸ ਰਸਨਾ ਨੂੰ ਗੱਲਾਂ ਦੀ ਤ੍ਰੇਹ ਨਹੀਂ, ਇਸ ਰਸਨਾ ਨੂੰ ਤ੍ਰੇਹ ਹੈ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਇਸ ਰਸਨਾ ਨੂੰ ਜੇ ਤ੍ਰੇਹ ਹੈ, ਪਿਆਸ ਹੈ, ਤਾਂ ਉਹ ਹੈ ਪਰਮਾਤਮਾ ਦੇ ਅੰਮ੍ਰਿਤ ਨਾਮ ਦੀ, ਉਹ ਹੈ ਪਰਮਾਤਮਾ ਦੇ ਅੰਮ੍ਰਿਤ ਨਾਮ ਦੀ ਸੁਹਾਵਣੀ ਬੂੰਦ ਦੀ। ਬਬੀਹੇ ਨੂੰ ਪਿਆਸ ਸੀ ਅਤੇ ਮਹਾਰਾਜ ਨੇ ਬਬੀਹੇ ਦਾ ਉਦਾਹਰਣ ਦੇ ਦਿੱਤਾ ਕਿ ਪਿਆਸ ਤੈਨੂੰ ਵੀ ਉਹੀ ਲੱਗੀ ਹੈ, ਪਰ ਬਬੀਹੇ ਨੂੰ ਪਿਆਸ ਲੱਗੀ, ਉਹਨੇ ਆਪਣਾ ਨਿਸ਼ਾਨਾ ਉਸ ਸਵਾਂਤੀ ਬੂੰਦ ਵੱਲ ਰੱਖਿਆ। ਤੈਨੂੰ ਪਿਆਸ ਲੱਗੀ ਹੈ, ਤੂੰ ਆਪਣੇ ਨਿਸ਼ਾਨੇ ਤੋਂ ਭਟਕ ਕੇ ਸੰਸਾਰ ਦੇ ਵਿੱਚ ਗਲਕਤ ਹੋ ਰਿਹਾ। ਗੁਰੂ ਕਿਆ ਸਿੱਖਾ, ਇਸ ਕਰਕੇ ਆਪਣੀ ਰਸਨਾ ਨੂੰ ਸਮਝਾ, ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ। ਮਹਾਰਾਜ ਕਹਿੰਦੇ ਮਿੱਥਿਆ ਨਾਹੀਂ ਰਸਨਾ ਪਰਸ, ਮਨਮਹਿ ਪ੍ਰੀਤ ਨਿਰੰਜਨ ਦਰਸ। ਜੇ ਤੂੰ ਚਾਹੁੰਦਾ ਤੇਰੇ ਹਿਰਦੇ ਵਿੱਚ ਨਾਮ ਧਾਰਨ ਹੋ ਜਾਵੇ, ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ, ਆਪਣੀ ਜ਼ੁਬਾਨ ਨੂੰ ਸੰਸਾਰ ਦੀ ਝੂਠੇ ਸਵਾਦਾਂ ਤੋਂ ਹਟਾ ਕੇ ਪਰਮਾਤਮਾ ਦੇ ਨਾਮ ਵੱਲ ਚਲਾਉਣਾ ਸ਼ੁਰੂ ਕਰ ਦੇ, ਪਰਮਾਤਮਾ ਦੇ ਨਾਮ ਦਾ ਰਟਨ ਕਰਨਾ ਸ਼ੁਰੂ ਕਰ ਦੇ, ਅਤੇ ਮਨ ਦੇ ਵਿੱਚ ਇੱਕ ਪ੍ਰੀਤ ਰੱਖੀ ਕਿ ਮਨਮਹਿ ਪ੍ਰੀਤ ਨਿਰੰਜਨ ਦਰਸ। ਕਿਉਂਕਿ ਜਦੋਂ ਮਨ ਦੇ ਵਿੱਚ ਚਾਹ ਹੋਵੇ, ਮਨ ਦੇ ਵਿੱਚ ਇੱਕ ਪ੍ਰੀਤ ਹੋਵੇ, ਇੱਕ ਉਤਸ਼ਾਹ ਹੋਵੇ ਨਾ ਪਿਆਰਿਓ, ਅਤੇ ਇੱਕ ਕਾਰਜ ਕਰਨ ਦਾ ਸਵਾਦ ਵੱਖਰਾ ਹੁੰਦਾ ਹੈ। ਬੱਚੇ ਦੇ ਇਮਤਿਹਾਨ ਹੋਣ, ਮਨ ਵਿੱਚ ਚਾਹ ਨਾ ਹੋਵੇ, ਮਨ ਵਿੱਚ ਉਤਸ਼ਾਹ ਨਾ ਹੋਵੇ ਪਾਸ ਹੋਣ ਦਾ, ਅਤੇ ਬੱਚਾ ਪੜ੍ਹਦਾ ਨਹੀਂ, ਉਸ ਚੀਜ਼ ਨੂੰ ਰੱਟਦਾ ਨਹੀਂ, ਕੰਠ ਨਹੀਂ ਕਰਦਾ, ਯਾਦ ਨਹੀਂ ਕਰਦਾ। ਮਹਾਰਾਜ ਕਹਿੰਦੇ ਤੇਰੇ ਅੰਦਰ ਚਾਹ ਹੋਵੇ, ਉਤਸ਼ਾਹ ਹੋਵੇ, ਪਰ ਕਾਹਦਾ? ਤੇਰੇ ਅੰਦਰ ਚਾਹ ਹੋਵੇ, ਉਤਸ਼ਾਹ ਹੋਵੇ ਪਰਮਾਤਮਾ ਨੂੰ ਮਿਲਣ ਦਾ। ਮਨਮਹਿ ਪ੍ਰੀਤ ਨਿਰੰਜਨ ਦਰਸ, ਉਸ ਨਿਰੰਜਨ ਦੇ ਦਰਸ਼ਨਾਂ ਦੀ ਤੇਰੇ ਅੰਦਰ ਚਾਹਤਾ ਹੋਵੇ ਕਿ ਸੱਚਮੁੱਚ ਤੇਰਾ ਅੰਦਰ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਆਪਾਂ ਬਾਣੀ ਪੜ੍ਹੀਏ ਨਾ ਪਿਆਰਿਓ, ਅਤੇ ਸਾਡੇ ਮਨ ਦੀ ਜਿਹੜੀ ਭਾਵਨਾ ਹੈ ਕਿਹੋ ਜਿਹੀ ਹੋਵੇ, ਸਾਡੇ ਮਨ ਦੇ ਅੰਦਰ ਪ੍ਰੀਤ ਕਿਹੋ ਜਿਹੀ ਹੋਵੇ ਜਦੋਂ ਬਾਣੀ ਪੜ੍ਹੀਏ। ਠੀਕ ਹੈ, ਭਾਵੇਂ ਤੁਰਦੇ ਫਿਰਦੇ ਬਾਣੀ ਪੜ੍ਹ ਰਹੇ ਹਾਂ, ਭਾਵੇਂ ਕੰਮ ਕਾਰ ਕਰਦੇ ਬਾਣੀ ਪੜ੍ਹਦੇ ਹਾਂ, ਪਰ ਯਤਨ ਕਰਿਆ ਕਰੋ ਵੀ ਕਿਤੇ ਇੱਕ ਦਿਨ ਇਕਾਂਤ ਵਿੱਚ ਬੈਠ ਕੇ ਦਿਨ ਦੇ ਵਿੱਚ ਪੋਥੀ ਸਾਹਿਬ ਲੈ ਕੇ, ਪੋਥੀ ਪਰਮੇਸ਼ਰ ਕਾ ਥਾਨ ਪੋਥੀ ਸਾਹਿਬ ਲੈ ਕੇ ਬਾਣੀ ਪੜ੍ਹਨ ਤੋਂ ਪਹਿਲਾਂ ਵੀ ਅਰਦਾਸ ਕਰ ਲਿਆ ਕਰੋ ਕਿ ਪਾਤਸ਼ਾਹ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਬਾਣੀ ਪੜ੍ਹਨ ਲੱਗੇ ਹਾਂ ਅਤੇ ਬਾਣੀ ਪੜ੍ਹਨ ਲੱਗਿਆਂ ਮਨ 'ਚ ਇਹ ਭਾਵਨਾ ਹੋਵੇ ਵੀ ਕੇਵਲ ਬਾਣੀ ਨਹੀਂ ਪੜ੍ਹਨੀ, ਪਾਠ ਨਹੀਂ ਕਰਨਾ, ਗੁਰੂ ਨਾਲ ਗੱਲਾਂ ਕਰਨੀਆਂ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਚਨ ਹੈ, ਜੋ ਮੁਝ ਬਚਨ ਕਰਨ ਕੀ ਚਾਹੇ ਗ੍ਰੰਥ ਜੀ ਹਿੱਤ ਪੜ੍ਹੇ ਚਿਤ ਲਾਏ। ਸਾਡੇ ਮਨ ਦੀ ਇਹ ਭਾਵਨਾ ਹੋਵੇ ਕਿ ਅੱਜ ਬਾਣੀ ਪੜ੍ਹਨੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਸਤਿਗੁਰੂ ਜੀ ਸਾਹਮਣੇ ਆ ਕੇ ਸ਼ੁਭਾਇਮਾਨ ਹੋਵੋ, ਅਤੇ ਜੇ ਮੈਂ ਬਾਣੀ ਪੜ੍ਹਦਾ ਕੋਈ ਗਲਤੀ ਕਰ ਜਾਵਾਂ ਤਾਂ ਕਿਰਪਾ ਕਰਕੇ ਮੈਨੂੰ ਸਮੱਤ ਬੁੱਧੀ ਬਖਸ਼ ਦਿਓ।
ਉਹ ਭਾਵਨਾ ਹੋਵੇ। ਬਾਬਾ ਆਨੰਦ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਦੋਂ ਬਾਣੀ ਪੜ੍ਹਿਆ ਕਰਦੇ ਸਨ ਤਾਂ ਆਪਣੇ ਸਾਹਮਣੇ ਇੱਕ ਸੁੰਦਰ ਆਸਣ ਉਹਦੀ ਵਿਛਾਈ ਕਰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਇਸ ਆਸਣ 'ਤੇ ਆ ਕੇ ਬਿਰਾਜਮਾਨ ਹੋਵੋ, ਅਸੀਂ ਬਾਣੀ ਪੜ੍ਹਨੀ ਚਾਹੁੰਦੇ। ਮਾਤਾ ਸਾਹਿਬ ਦੇਵਾਂ ਜੀ ਨੂੰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸਨ ਜਦੋਂ ਮਾਤਾ ਜੀ ਨੇ ਕਿਹਾ ਕਿ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਭੋਜਨ ਚੰਗਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਸਤਰ ਬਖਸ਼ੇ, ਪੰਜ ਸ਼ਸਤਰ ਬਖਸ਼ੇ ਅਤੇ ਕਿਹਾ ਆਸਣ ਲਾ ਕੇ ਸ਼ਸਤਰਾਂ ਦਾ ਬਾਣੀ ਪੜ੍ਹਿਓ, ਬਾਣੀ ਪੜ੍ਹਨ ਤੋਂ ਪਹਿਲਾਂ ਵੀ ਅਰਦਾਸ ਕਰਿਓ ਅਤੇ ਬਾਣੀ ਪੜ੍ਹਨ ਤੋਂ ਬਾਅਦ ਵੀ ਅਰਦਾਸ ਕਰਿਓ। ਬਾਣੀ ਪੜ੍ਹ ਕੇ ਅਰਦਾਸ ਕਰੋਗੇ ਅਤੇ ਸ਼ਸਤਰਾਂ ਵਿੱਚੋਂ ਦਰਸ਼ਨ ਹੋਇਆ ਕਰਨਗੇ। ਤਾਂ ਹੀ ਆਪਾਂ ਪੀਰ ਕਹਿੰਦੇ ਹਾਂ। ਅਸਲ ਵਿੱਚ ਜਿਹੜਾ ਮੈਂ ਇੱਕ ਖਿਣ ਮਾਤਰ ਬੇਨਤੀ ਕਰਾਂ ਵੀ ਆ ਸ਼ਸਤਰ ਇਹ ਕੇਵਲ ਇੱਕ ਲੋਹੇ ਦੀ ਕਟਾਈ ਕਰਕੇ ਇੱਕ ਧਾਤੂ ਨਹੀਂ ਬਣਾਇਆ ਗਿਆ। ਤਖ਼ਤ ਸਾਹਿਬਾਨਾਂ 'ਤੇ ਸ਼ਸਤਰਾਂ ਨੂੰ ਹੱਥ ਵਿੱਚ ਪਕੜ ਕੇ ਪ੍ਰਕਾਸ਼ ਕਰਕੇ ਨੰਗੀ ਸ਼ਮਸ਼ੀਰ ਨਾਲ ਅਰਦਾਸ ਕਰਦੇ ਨੇ। ਮੈਂ ਬੇਨਤੀ ਇਹ ਕਰ ਰਿਹਾ ਵੀ ਮਨਮਹਿ ਪ੍ਰੀਤ ਨਿਰੰਜਨ ਦਰਸ, ਇਹ ਪ੍ਰੀਤ ਉਹਦੇ ਦਰਸ਼ਨਾਂ ਦੀ ਕਿਵੇਂ ਦੀ ਹੋਵੇ। ਜਿਹੜੇ ਬੰਦਗੀ ਵਾਲੇ ਨੇ ਉਹ ਦੱਸਦੇ ਨੇ ਭਗਤੀ ਕਰਨ ਵਾਲੇ ਕਿ ਪੁਰਾਣੇ ਗੁਰਸਿੱਖ ਜਦੋਂ ਬਾਣੀ ਪੜ੍ਹਦੇ ਸਨ, ਬਾਣੀ ਪੜ੍ਹਨ ਉਪਰੰਤ ਉਹ ਜਦੋਂ ਅਰਦਾਸ ਬੇਨਤੀ ਕਰਦੇ ਸਨ ਤਾਂ ਸ਼ਸਤਰ ਨੂੰ ਨੰਗਾ ਕਰ ਲੈਂਦੇ ਸਨ, ਭਾਵ ਕਿ ਮਿਆਨ ਵਿੱਚੋਂ ਕੱਢ ਕੇ ਹੱਥ ਵਿੱਚ ਸ਼ਮਸ਼ੀਰ ਪਕੜ ਕੇ, ਜਿੱਦਾਂ ਅੱਜ ਵੀ ਹਜ਼ੂਰ ਸਾਹਿਬ, ਅਕਾਲ ਤਖ਼ਤ ਸਾਹਿਬ, ਤਖ਼ਤ ਸਾਹਿਬਾਨਾਂ 'ਤੇ ਅਰਦਾਸ ਬੇਨਤੀ ਹੁੰਦੀ ਹੈ। ਕਹਿੰਦੇ ਬਾਣੀ ਪੜ੍ਹ ਕੇ ਅਰਦਾਸ ਕਰਦੇ ਸਨ, ਉਹਨਾਂ ਨੂੰ ਸ਼ਸਤਰਾਂ ਦੇ ਵਿੱਚੋਂ ਸਤਿਗੁਰੂ ਦੇ ਦਰਸ਼ਨ ਹੁੰਦੇ ਸਨ, ਸਤਿਗੁਰੂਆਂ ਦੀ ਜੋਤ ਦੇ ਲਿਸ਼ਕਾਰੇ ਪੈਂਦੇ ਸਨ, ਕਦੇ ਮੂਲ ਮੰਤਰ ਦੇ ਦਰਸ਼ਨ ਹੁੰਦੇ ਸਨ, ਕਦੇ ਸ਼੍ਰੀ ਅਕਾਲ ਜੀ ਸਹਾਇ ਉਹਨਾਂ ਨੂੰ ਨਜ਼ਰ ਆਉਂਦਾ ਸੀ, ਕਦੇ ਇੱਕ ਓਅੰਕਾਰ ਲਿਖਿਆ ਨਜ਼ਰ ਆਉਂਦਾ ਸੀ। ਬੇਨਤੀ ਕਰਾਂ, ਮਹਾਰਾਜ ਨੇ ਜਪਣ ਦੀਆਂ ਜੁਗਤੀਆਂ ਦਿੱਤੀਆਂ ਨੇ, ਇਹ ਸ਼ਸਤਰਾਂ ਨੂੰ ਪੀਰ ਕਿਹਾ। ਸੋ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਆਪਣੀ ਰਸਨਾ ਨੂੰ ਸੰਸਾਰ ਦੇ ਝੂਠੇ ਸਵਾਦਾਂ ਤੋਂ ਬਾਹਰ ਲਿਜਾ ਕੇ ਪਰਮਾਤਮਾ ਦੇ ਨਾਮ ਵੱਲ ਤੋਰੋ ਅਤੇ ਮਨ ਦੇ ਵਿੱਚ ਇੱਕ ਚਾਹ ਰੱਖੋ, ਇੱਕ ਪ੍ਰੀਤ ਰੱਖੋ ਕਿ ਮਨ ਮਹਿ ਪ੍ਰੀਤ ਨਿਰੰਜਨ ਦਰਸ ਕੇ ਪਾਤਸ਼ਾਹ ਤੈਨੂੰ ਪੁਕਾਰਨ ਲੱਗੇ ਹਾਂ, ਤੈਨੂੰ ਆਵਾਜ਼ਾਂ ਮਾਰਨ ਲੱਗੇ ਹਾਂ। ਮੈਂ ਬੇਨਤੀ ਕਰਾਂ, ਕਿਸੇ ਦੇ ਘਰ ਵੱਲ ਜਾਈਏ, ਕਿਸੇ ਦੇ ਗ੍ਰਹਿ ਦੇ ਬਾਹਰ ਖੜ੍ਹ ਕੇ ਆਪਾਂ ਆਵਾਜ਼ਾਂ ਮਾਰੀ ਜਾਈਏ ਨਾ। ਜੇ ਮਨ ਦੇ ਵਿੱਚ ਚਾਹ ਨਾ ਹੋਵੇ ਅਤੇ ਮਨ ਵਿੱਚ ਹੀ ਕਹੀ ਜਾਈਏ ਬੂਹਾ ਖੋਲ, ਬੂਹਾ ਖੋਲ, ਬੂਹਾ ਖੋਲ, ਅਤੇ ਪਿਆਰਿਓ ਅਗਲੇ ਤਾਈਂ ਤਾਂ ਆਵਾਜ਼ ਪਹੁੰਚੀ ਨਹੀਂ, ਅਗਲਾ ਬੂਹਾ ਕਿਵੇਂ ਖੋਲੇਗਾ। ਜਦੋਂ ਐਂ ਜ਼ੋਰ ਦੀ ਆਵਾਜ਼ ਮਾਰ ਕੇ ਕਹਾਂਗੇ ਕਿ ਭਾਈ ਬੂਹਾ ਖੋਲ, ਤੈਨੂੰ ਮਿਲਣਾ ਚਾਹੁੰਦੇ ਹਾਂ, ਅੰਤ ਪਿਆਰਿਓ ਜੀ ਦੇ ਘਰ ਜਾਂਦੇ ਹਾਂ, ਉਹ ਬੂਹਾ ਖੋਲ ਲੈਂਦਾ। ਬਸ ਸਤਿਗੁਰੂ ਕਹਿੰਦੇ ਤੂੰ ਹੀ ਇੱਕ ਕੰਮ ਕਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਬਾਣੀ ਪੜ੍ਹੇ, ਜਪੇ, ਨਾਮ ਦਾ ਅਭਿਆਸ ਕਰੇ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪ੍ਰੀਤ ਹੋਵੇ ਨਿਰੰਜਨ ਦੇ ਦਰਸ਼ਨਾਂ ਦੀ। ਤੂੰ ਵੀ ਪੁਕਾਰ ਉਹਨੂੰ ਅਤੇ ਪੁਕਾਰ ਕੇ ਕਹਿ ਕਿ ਆ ਬਹੁਤ ਲੰਮਾ ਸਮਾਂ ਹੋ ਗਿਆ ਹੈ ਅਤੇ ਆ ਕੇ ਮੈਨੂੰ ਗਲਵੱਕੜੀ ਪਾ ਲੈ, ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰ ਸਤਿਗੁਰੂ ਕਹਿੰਦੇ ਨੇ ਕਿ ਤੇਰੇ ਅੰਦਰ ਉਹਦੇ ਦਰਸ਼ਨਾਂ ਦੀ ਚਾਹ ਕਿਵੇਂ ਪੈਦਾ ਹੋਵੇਗੀ, ਤੇਰੀ ਰਸਨਾ, ਤੇਰੀ ਜਿਹਬਾ ਸੰਸਾਰ ਦੇ ਝੂਠੇ ਸਵਾਦਾਂ ਤੋਂ ਬਾਹਰ ਕਿਵੇਂ ਆਵੇਗੀ। ਸਤਿਗੁਰੂ ਕਹਿੰਦੇ ਪਾਰ ਤਰੇ ਰੂਪ ਨਾ ਪੇਖੈ ਨੇਤਰ, ਮਹਾਰਾਜ ਕਹਿੰਦੇ ਪਾਰ ਤਰੇ, ਕੇਵਲ ਇਹ ਨਹੀਂ ਕਿ ਪਰ ਤਨ, ਮਹਾਰਾਜ ਕਹਿੰਦੇ ਪਰ ਤਨ, ਪਰ ਧਨ ਨੂੰ ਵੀ ਵੇਖਣਾ ਪਾਪ ਹੈ। ਕਿਸੇ ਵੀ ਪਰਾਏ ਧਨ ਨੂੰ, ਪਰਾਏ ਤਨ ਨੂੰ, ਭਾਵੇਂ ਇਸਤਰੀ ਹੈ ਭਾਵੇਂ ਭਾਈ ਹੈ, ਉਹਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ। ਜੇ ਵੇਖਣਾ ਹੈ ਤਾਂ ਮਹਾਰਾਜ ਕਹਿੰਦੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣ। ਉਹੀ ਗੱਲ ਮਹਾਰਾਜ ਨੇ ਬੀਬੀਆਂ ਅਤੇ ਭੈਣਾਂ 'ਤੇ ਲਾਗੂ ਕੀਤੀ। ਸਤਿਗੁਰੂ ਕਹਿੰਦੇ ਪਰਤਰੇ ਰੂਪ ਨਾ ਵੇਖੈ ਨੇਤਰ, ਕਿਉਂਕਿ ਇਹਨਾਂ ਨੇਤਰਾਂ ਨੂੰ ਜਦੋਂ ਤੂੰ ਮਾੜੇ ਕੰਮਾਂ ਵੱਲ ਲਿਜਾਨਾ, ਨੇਤਰ ਮਾੜੀ ਨਜ਼ਰ ਨਾਲ ਤੱਕਦੇ ਨੇ ਅਤੇ ਨੇਤਰਾਂ ਦੇ ਵਿੱਚੋਂ ਅੰਦਰ ਤੇਰੇ ਹਿਰਦੇ ਦੇ ਵਿੱਚ ਵਕਾਰ ਪ੍ਰਵੇਸ਼ ਕਰਦੇ ਨੇ। ਤਾਂ ਹੀ ਕਿਹਾ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਮੈਂ ਅਕਸਰ ਬੇਨਤੀ ਕਰਦਾ ਵੀ ਜਿੱਥੇ 'ਤੇ ਜਾ ਕੇ ਘਰ ਦੀਆਂ ਬੂਹਾਂ ਬਾਰੀਆਂ ਨੂੰ ਬੰਦ ਕਰਨਾ ਸੀ, ਉੱਥੇ ਜਾ ਕੇ ਬੂਹੇ ਬਾਰੀਆਂ ਖੋਲ੍ਹੀ ਜਾਂਦੇ ਹਾਂ। ਵੇਖੋ ਜਦੋਂ ਤੂਫਾਨ ਚੱਲ ਰਿਹਾ ਹੋਵੇ ਨਾ ਅਤੇ ਕੋਈ ਬੰਦਾ ਘਰ ਦੇ ਬੂਹੇ ਖਿੜਕੀਆਂ ਖੋਲ੍ਹ ਕੇ ਦਰਵਾਜ਼ੇ ਖੋਲ੍ਹ ਦੇਵੇ ਅਤੇ ਸਾਰਾ ਘੱਟਾ ਤੂਫਾਨ ਦਾ ਉਹ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਅਤੇ ਜਦੋਂ ਆਪਾਂ ਸੰਸਾਰ 'ਚ ਵਿਚਰਦੇ ਹਾਂ, ਬਾਹਰ ਪਿਆਰਿਓ ਤੂਫਾਨ ਚੱਲ ਰਿਹਾ,
काम क्रोध लोभ मोहंकार दा, जदो अखां नूं खोलदे आ काम दा घटा मिटा अंदर आ जांदा है, बस फिर एहो कारण है भी जपण लगदे आ ते मन नहीं लगदा, क्योंकि मनुआ दह दिस धावदा ओह कैसे हर गुण गावे। मन ते फिर घटा मिट्टी अंदर आ गया, भजन लग पिया दसां दिशावां च ही नहीं। मैं एक बार गुरसिख नाल बचन कीता, कहिंदा मन नहीं लगदा, मैं उहदे अगे पंक्ति पढ़ दित्ती कि मनुआ दह दिस धावदा ओह कैसे हर गुण गावे। कहिंदा जी महाराज ने भावें दस दिशावां वल किया पर बंदे दा मन ते दस दिशावां तों वी गांह नूं ही भज्जी जांदा है, भी दस दिशावां की गिणती तों वी गांह नूं भजदा है। सो सतगुरु कहिंदे पारत्रे रूप ना पेखा नेत्र, जदों काम क्रोध लोभ मोह अहंकार विशे वकारां दा तूफान चले ते गुरु क्या सिखा बूहे बारियां इन्हां द्वारियां नूं बंद कर लिया कर, ते जदों इत्थे गुरु की हजूरी विच आवें फिर इह घर दीआं खिड़कियां हिरदे रूपी घर दीआं खिड़कियां खोल के नेत्री सतगुरु पेखना श्रवणी सुनना गुर नाओ, फिर अखां नूं खोल के गुरु दे नाम नूं सुन तां जो तेरे अंदर परमात्मा दे दर्शनां दी चाह पैदा हो जावे। पर महाराज कहिंदे इह सब सिखियावां इह किद्दां मिलणगियां, साध की टहल संत संगहेत, कहिंदे संतां महापुरखां दी संगत करके संत दी संगत करके। ते मैं बेनती करां कि लिबास दा नाम साध नहीं, लिबास दा नाम संत नहीं प्यारिओ। संत ओह कुड़ते पजामे च वी हो सकदा है, संत ओह पैंट शर्ट विच वी हो सकदा है, संत ओह चोले विच वी हो सकदा है। हर चोले वाला संत नहीं, हर कुड़ते पजामे वाला संत नहीं, क्योंकि महाराज कहिंदे भेख दिखाए जगत को लोगन को बसकीन, अंत काल का ती कटियो बास नरक मोली। संत किसे भी लिबास विच हो सकदा है, जेड़ा तेनूं जपण दी सिख्या दे दवे बस उही संत है, जेड़ा तेनूं नाम दी गल सुना दवे, जेड़ा तेनूं परमात्मा दे नाम वल, क्योंकि कोई जन हरस्यों देवै जोर, चरण गहो बको सुबरसना दी जहे प्राण अकोर। मैं खिण मात्र रुका, वेखो महाराज ने कहा कोई जन, यह नहीं कि फलाने रंग दा चोला पाया होवे ते ओ तेनू परमात्मा वल तोरे ते तू चरण फड़ लै, नहीं, कहिंदे कोई जन कोई भी तेनू परमात्मा दे नाम वल तोरे, कहिंदे ओदे नाल फिर की कर बर्ताव की कर। चरण गहो बको सुबरसना दी जहे प्राण अकोर, आपां सीधे जे अर्थ कर दिंदे आ वी ओदे चरण फड़ लो, ओदे वास्ते कुछ शुभ बोल बोल दवो, ओदे अगों प्राण कढ़ दवो। पर मैं कई बार सोचता हुन्ना कि जदों अपने कोल कोई जुगती सिखण आया होवे ते आपां उहनूं कहिंदे आ कि फलाणा कम कर लै, की पता गल बन जावे, जे फलाणा कित्या नहीं बनदी ते अगला कर लै। महाराज कहिंदे यही कम कर, चरण गहो कोई परमात्मा दे नाम वल तोरे ओदे चरण फड़ लै, जे चरण फड़िया गल नहीं बनती तो फिर कहिंदे ओदे वास्ते कुछ मिठे बोल बोल दे, चंगे बोल बोल दे। जे कहिंदे एक महापुरख वास्ते चंगे बोल बोलिया गल नहीं बनती, फिर गुरु क्या सिखा ओदे अगो अपने प्राण कढ़ दे, जिंद कढ़ दे, वह भी थोड़ी आपां कहांगे प्राण किवें कढ़ दीए, अपनी हस्ती नूं मिटा दे। भुल जा मैं कुछ साध को मिलने जाइए, साथ ना लीजा कोई। संत नूं जदों मिलण जाइए, एक बंदगी वाले नूं मिलण जाइए, अपनी हस्ती नूं मिटा के जाइए, भाव कि अपने प्राण अपनी जिंद नूं कढ के हंकार नूं कढ के जाइए। सो सतगुरु अगली पंक्ति वे समझाउंदे ने, करन ना सुनै काहू की निंदा, कहिंदे ना ही केवल किसे दी निंदिया सुननी है ते ना ही किसे दी करनी है। आपां कहिंदे लो जी असीं किहड़ा करदे आ, महाराज कहिंदे जिथे करनी पाप है उत्थे कहिंदे सुननी महापाप है। महाराज कहिंदे जे कुछ करना ही ना फिर एक कम कर की, कहिंदे भगत बंदगी कर सेव संत की, निसवासर मुख नाम लाए। कहिंदे जे कुछ करना ही चाहुंदा ते भगती कर बंदगी कर, निसवासर मुख नाम लाए, दिने रात परमात्मा दे नाम दी धुनी नूं मिठी मिठी धुनी नूं रसना ते टकाई रख, ते आए गए गुरसिखां दी सेवा करदा रहो। करन ना सुनै काहू की निंदा, सब ते जानै आपस को मंदा, तू अपने आप नूं सारिआं तों मंदा, असी खत्ते बहुत कमाव दे अंत ना पारा वार, हर किरपा करके बख्श लिहो हो पापी वड गुणेगा। मैं बेनती करां कि आपां गुरु घर च आउने आ ना, हरिमंदर साहब सचखंड श्री दरबार साहब धन गुरु रामदास सच्चे पातशाह दे चरणा ते जदों नमस्कार करन जाइए,
ਤੇ ਉੱਥੇ ਇੱਕ ਮਹਾਂਪੁਰਖਾਂ ਨੇ ਮੈਨੂੰ ਬਚਨ ਸੁਣਾਇਆ ਪਰਿਕਰਮਾ 'ਚ। ਕਹਿੰਦੇ ਵੇਖੋ ਮੈਂ ਸੋਚਦਾ ਵੀ ਇੱਥੇ ਸੰਗਤ ਆਉਂਦੀ ਹੈ ਗੱਲਾਂ ਕਰਦੀ ਹੈ, ਸੰਗਤ ਆਉਂਦੀ ਹੈ ਇੱਥੇ ਸੰਸਾਰ ਦੇ ਕੰਮ ਹੀ ਕਰੀ ਜਾਂਦੀ ਹੈ ਇੱਥੇ ਆ ਕੇ ਵੀ, ਪਰ ਕਹਿੰਦੇ ਮੈਂ ਸੋਚਦਾ ਹੁੰਦਾ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸੱਚਖੰਡ ਦੀ ਡਿਉੜੀ 'ਤੇ ਜਦੋਂ ਪਹਿਲਾ ਕਦਮ ਧਰਦੇ ਹਾਂ, ਇੱਕ ਵਾਰ ਅੱਖਾਂ ਬੰਦ ਕਰਕੇ ਦਿਨ ਦੇ ਵਿੱਚ ਕੀਤੇ ਹੋਏ ਗੁਨਾਹਾਂ ਨੂੰ ਚੇਤੇ ਕਰੀਏ, ਅਤੇ ਕਹਿੰਦੇ ਮੈਂ ਸੋਚਦਾ ਬੰਦਾ ਭੁੱਬਾਂ ਮਾਰ ਮਾਰ ਕੇ ਰੋਵੇਗਾ ਕਿ ਮੈਂ ਕਿੰਨੇ ਕੁ ਗੁਨਾਹਾਂ ਨੂੰ ਕਰ ਚੁੱਕਿਆ। ਉੱਥੇ ਜਾ ਕੇ ਹੋਰ ਕੋਈ ਗੱਲ ਚੇਤੇ 'ਚ ਹੀ ਨਹੀਂ ਆਵੇਗੀ। ਆਪਾਂ ਕਹਿੰਦੇ ਹਾਂ ਮਨ ਨਹੀਂ ਲੱਗਦਾ ਪਿਆਰਿਓ, ਗੁਰੂ ਘਰ ਕੋਈ ਹੋਵੇ, ਆ ਡਿਉੜੀ ਤੋਂ ਦਹਿਲੀਜ਼ ਤੋਂ ਪਹਿਲਾਂ ਕਦਮ ਧਰੀਏ। ਇੱਕ ਵਾਰ ਨੇਤਰ ਬੰਦ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਖਾਂ 'ਚ ਅੱਖਾਂ ਪਾ ਕੇ, ਅੱਖਾਂ 'ਚ ਅੱਖਾਂ ਭਾਵ ਕਿ ਇਹ ਬਾਣੀ ਨੂੰ ਸਮਝ ਕੇ, ਬਾਣੀ ਦੀ ਵਿਚਾਰ ਤਰੀਏ ਗੁਰ ਵਿਚਾਰ, ਇਹ ਵਿਚਾਰ ਨੂੰ ਅੱਖਾਂ ਸਾਹਮਣੇ ਲਿਆ ਕੇ ਜਰਾ ਵੇਖੀਏ ਕਿ ਸੱਚਮੁੱਚ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕਿ ਸੱਚਮੁੱਚ ਅੱਜ ਮੈਂ ਆਪਣੇ ਸਾਰੇ ਦਿਨ ਦੇ ਵਿੱਚ ਕਿਸੇ ਦੀ ਨਿੰਦਿਆ ਨਹੀਂ ਕੀਤੀ, ਕਿ ਮੈਂ ਅੱਜ ਸੱਚਮੁੱਚ ਪਰਤਰੇ ਰੂਪ ਨਾ ਪੇਖੇ ਨੇਤਰ, ਅੱਜ ਮੈਂ ਸੱਚਮੁੱਚ ਕਿਸੇ ਨੂੰ ਮਾੜੀ ਨਜ਼ਰ ਨਾਲ ਨਹੀਂ ਵੇਖਿਆ। ਮੈਂ ਸਮਝਦਾ ਉਸੇ ਦਿਨ ਜਿੱਦਣ ਇਹ ਜੁਗਤੀ ਆ ਗਈ, ਬੰਦਾ ਭੁੱਬਾਂ ਮਾਰ ਮਾਰ ਕੇ ਰੋਵੇਗਾ ਅਤੇ ਕਵੇਗਾ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਪਾਤਸ਼ਾਹ ਮੇਰੇ ਤੋਂ ਗਲਤੀਆਂ ਹੋ ਗਈਆਂ ਨੇ, ਕਿਰਪਾ ਕਰਕੇ ਮੇਰੀ ਬਾਂਹ ਫੜ ਲਓ। ਅਤੇ ਜਿੱਦਣ ਇਹ ਢਹਿ ਪਵੇਗਾ ਨਾ ਦੁਆਰੇ 'ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਤਾਂ ਬੜਾ ਦਿਆਲੂ ਕਿਰਪਾਲੂ ਹੈ, ਉਹ ਤੈਨੂੰ ਫੜ ਲਵੇਗਾ, ਤੇਰੀ ਬਾਂਹ ਪਕੜ ਲਵੇਗਾ, ਤੂੰ ਹੀ ਰਾਜ ਰੋਜ਼ੀ ਦੇਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਕਹਿੰਦੇ ਉਹ ਕੇਵਲ ਬਾਂਹ ਨਹੀਂ ਪਕੜੇਗਾ, ਤੇਰੇ ਗੁਨਾਹਾਂ ਨੂੰ ਮਾਫ਼ ਨਹੀਂ ਕਰੇਗਾ, ਕਹਿੰਦੇ ਤੇਰੀ ਬਾਂਹ ਪਕੜ ਕੇ ਤੈਨੂੰ ਆਪਣੀ ਗੋਦ ਵਿੱਚ ਬਿਠਾ ਲਵੇਗਾ ਕਿ ਕਿਤੇ ਦੁਬਾਰਾ ਤੇਰੇ ਤੋਂ ਗਲਤੀ ਨਾ ਹੋ ਜਾਵੇ ਜੇ ਤੂੰ ਇੱਕ ਵਾਰ ਉਹਦੇ ਦੁਆਰੇ 'ਤੇ ਢਹਿ ਜਾਵੇਂ। ਸੋ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਸਭ ਤੇ ਜਾਣੈ ਆਪਸ ਕੋ ਮੰਦਾ, ਕਹਿੰਦੇ ਤੂੰ ਕਿਸੇ ਦੀ ਨਿੰਦਿਆ ਕੀ ਕਰਦਾ, ਤੂੰ ਸਭ ਤੋਂ ਪਹਿਲਾਂ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਫਰੋਲ ਅਤੇ ਵੇਖ, ਤੂੰ ਆਪਣੇ ਅੰਦਰ ਝਾਤੀ ਮਾਰ ਅਤੇ ਆਪਣੇ ਆਪ ਨੂੰ ਸਭ ਤੋਂ ਵੱਧ ਮੰਦਾ ਭਾਵ ਕੇ ਨੀਚ ਜਾਣ, ਨੀਚੀ ਹੂੰ ਅਤ ਨੀਚ, ਆਪਣੇ ਆਪ ਨੂੰ ਸਭ ਤੋਂ ਬੁਰਾ ਜਾਣ। ਮਹਾਰਾਜ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਭਗਤ ਸਾਹਿਬ ਕਹਿੰਦੇ ਮੇਰਾ ਤਾਂ ਉਹ ਮਿੱਤਰ ਹੈ, ਮੇਰਾ ਉਹ ਦੋਸਤ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਭੈੜਾ ਜਾਣਦਾ ਹੋਵੇ, ਜਿਹੜਾ ਆਪਣੇ ਆਪ ਨੂੰ ਸਭ ਤੋਂ ਮੰਦਾ ਜਾਣਦਾ ਹੋਵੇ। ਪਰ ਮੈਂ ਬੇਨਤੀ ਕਰਾਂ ਵੀ ਪਿਆਰਿਓ, ਭਾਵੇਂ ਮੈਂ ਆਪਣੀ ਰਸਨਾ ਦੁਆਰਾ ਬੋਲ ਕੇ ਇਹ ਅਰਥ ਕਰ ਰਿਹਾ ਵੀ ਆਪਣੇ ਆਪ ਨੂੰ ਸਭ ਤੋਂ ਮੰਦਾ ਜਾਣੀਏ, ਆਪ ਸਭ ਸੁਣ ਰਹੇ ਹੋ, ਇਹ ਗੱਲ ਦਾ ਦਾਅਵਾ ਕੋਈ ਵੀ ਨਹੀਂ ਕਰ ਸਕਦਾ ਵੀ ਮੈਂ ਆਪਣੇ ਆਪ ਨੂੰ ਸਭ ਤੋਂ ਭੈੜਾ ਜਾਣਦਾ। ਉਹ ਭਾਵੇਂ ਕੋਈ ਕਹਿ ਲਵੇ, ਮੈਨੂੰ ਇੱਕ ਮਸਕੀਨ ਜੀ ਦਾ ਬਚਨ ਚੇਤੇ ਆਇਆ, ਕਹਿੰਦੇ ਉਹ ਇੱਕ ਦਿਨ ਕਹਿਣ ਲੱਗ ਪਿਆ, ਉਹ ਰੋਜ਼ਾਨਾ ਗੁਰੂ ਕੀਆਂ ਸੰਗਤਾਂ ਨੂੰ ਕਹਿੰਦਾ ਸੀ ਮੈਂ ਚਰਨਾਂ ਦੀ ਧੂੜੀ ਹਾਂ, ਮੈਂ ਚਰਨਾਂ ਦੀ ਧੂੜੀ ਹਾਂ। ਮਸਕੀਨ ਜੀ ਮੈਂ ਇੱਕ ਕਹਿੰਦੇ ਮੈਂ ਇੱਕ ਦਿਨ ਕਹਿ ਦਿੱਤਾ ਕਿ ਤੂੰ ਧੂੜੀ, ਤੂੰ ਮੇਰੇ ਚਰਨ ਖਰਾਬ ਕਰ ਦਿੱਤੇ, ਚੱਲ ਪਰਾਂ ਹੋ। ਕਹਿੰਦੇ ਅਗਲੇ ਦਿਨ ਉਹਨੇ ਮੈਨੂੰ ਫਤਿਹ ਹੀ ਨਹੀਂ ਬੁਲਾਈ। ਭਾਵ ਕਿ ਕਹਿਣਾ ਤਾਂ ਬੜਾ ਸੌਖਾ ਹੁੰਦਾ, ਪਰ ਇਹ ਚੀਜ਼ ਨੂੰ ਕਮਾਉਣਾ ਬੜਾ ਔਖਾ, ਵੀ ਸਭ ਤੇ ਜਾਣਾ ਆਪਸ ਕੋ ਮੰਦਾ। ਇਸ ਕਰਕੇ ਇਹ ਤਰਲਾ ਆਪਾਂ ਗੁਰੂ ਅੱਗੇ ਹੀ ਪਾਈਏ ਕਿ ਪਾਤਸ਼ਾਹ ਜੋ ਅਸੀਂ ਸੁਣ ਰਹੇ ਹਾਂ, ਜੋ ਅਸੀਂ ਕਹਿ ਰਹੇ ਹਾਂ, ਉਹ ਅਸੀਂ ਸਾਰੀ ਕਮਾ ਸਕੀਏ, ਕਿਤੇ ਸਾਡੇ ਅੰਦਰ ਸੱਚਮੁੱਚ ਇਹ ਭਾਵਨਾ ਆ ਜਾਵੇ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖਾਹੀ। ਇਹ ਭਾਵਨਾ ਸੱਚਮੁੱਚ ਆ ਜਾਵੇ ਤੇ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਸਮਝਾਉਂਦੇ ਨੇ ਗੁਰ ਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਬਿਖਿਆ ਵਿਸ਼ੇ ਵਿਕਾਰ, ਮਹਾਰਾਜ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੇ ਪ੍ਰਸਾਦ ਨੂੰ ਮੰਗ, ਗੁਰੂ ਕੋਲੋਂ ਆਈਏ ਤੇ ਮਹਾਰਾਜ ਕੋਲੋਂ ਆ ਕੇ ਸੰਸਾਰ ਦੇ ਪਦਾਰਥ ਮੰਗਣ ਦੀ ਬਜਾਏ ਗੁਰੂ ਦੇ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਨੂੰ ਮੰਗੀਏ। ਕਿਉਂਕਿ ਸਾਰੇ ਪਦਾਰਥ, ਸਾਰੇ ਸੰਸਾਰ ਦੀਆਂ ਵਸਤੂਆਂ, ਸਾਰੇ ਪਦਾਰਥ ਉਹਦੀ ਕਿਰਪਾ ਦੇ ਵਿੱਚ ਆ ਜਾਂਦੇ ਨੇ ਜੇ ਆ ਕੇ ਉਹਦੇ ਕੋਲ ਕਿਰਪਾ ਮੰਗ ਲਈਏ। ਤਾਂ ਹੀ ਗੁਰਬਾਣੀ ਨੇ ਵਾਰ ਵਾਰ ਕਿਹਾ ਵੀ ਉਹਦੇ ਕੋਲ ਆ ਕੇ ਆਰਾਧਨਾ ਆਰਾਧਨ ਹਰ ਜਸ ਇਹ ਦਾਨ ਗੁਰੂ ਤੇ ਮੰਗਣਾ, ਉਹਦੇ ਕੋਲ ਆ ਕੇ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਇ ਵਾਸਾ। ਪਰ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆ ਕੇ ਖੜੀਏ ਨਾ ਪਿਆਰਿਓ,
एक बार मंगन तो पहला अखा बंद करके जे बंदा अपने गुनाहां नूं चेते कर लवे ना, मैं समझदा इन्नी हिम्मत ही नहीं होंदी कि पातशाह कोलों किरपा भी मंग लईए। केवल पातशाह कोलों इको ही चीज़ मंग सकते हैं कि पातशाह रहम करो, पातशाह माफ करो, पातशाह भुलां चुकां दी खिमा करो। जे आ इस गलीचे दे विच उत्ते खड़ के एक बार पातशाह वल देख के नज़र भर के देख के ते अंत अखां बंद करके अपने गुनाहां नूं चेते करिए, मैं समझदा भी इतना जिगरा ही नहीं होंदा कि पातशाह कोलों मंग लईए, क्योंकि असे ते कुछ भी नहीं, असी खत्ते बहुत कमाव दे। सो सतगुरु पातशाह कहिंदे मन की वासना मन ते टरै, तेरे अंदर जिहड़ी मन दी वासनावां मन नूं जकड़िया होया है, तेरे मन नूं वासनावां सेका पहुँचा रहियां ने। काया आरण मन विच लोहा पंच अगण ते तलाग रही। महाराज कहिंदे जिवें लोहार भट्ठी वाला कहिंदे ने ओह भट्ठी दे विच लोहे नूं सेक पहुँचाउंदा है, कहिंदे इसे तरह तेरा शरीर काया यह एक भट्ठी का काम कर रही है। काया आरण मन विच लोहा, ते इस दे विच जिहड़ा लोहा है वह तेरा मन है, ते पंच अगण ते तलाग रही। महाराज कहिंदे लोहे नूं ते एक अग लगदी है, तेरे मन नूं काम क्रोध लोभ मोह अहंकार की अग लग रही है, पंज तरह की तेनूं अग लग रही है। ते कहिंदे जे पंज तरह की अग लगण तो बाद भी किते तेरा मन सड़नों रह जावे फिर की हुंदा है, कहिंदे कोयले पाप पड़े तिस ऊपर मन जलिया सन्नी चिंत पई। कहिंदे लोहा किसे पस्यों सड़न्यों हट जावे सेका पहुँचन्यों रह जावे, लोहार अपने संद दे नाल उनूं कमा के दूसरे पास्यों सेका लवाउंदा है। महाराज कहिंदे इसे तरह किसे पास्यों तेरा मन रह जावे बेचैनी तों, मन नूं सेका पहुँचण तो रह जावे, कहिंदे इह फिर चिंता अपना काम करदी आ। कहिंदे आ ना वी चिंता हर पल दिमाग ते है, हर पल चिंता साडे मन दे उत्ते है, बस ये चिंता फिर सेक अपड़ाउंदी है मन नूं। मन की वासना मन ते टरै, मन दे विच्चों वासनावां उत्पन्न हो रहियां ने, इंद्री जित पंच दोख ते रहत। महाराज कहिंदे इन्हां पंजां दे दोख तों इन्हां पंजां दे दुखां तों रहत कौन है? इंद्री जित। धन बाबा बुढ़ा साहब जी, इंद्री जित सिख उन्हां लई लफ्ज़ वरते गए बाबा बुढ़ा साहब जी लई, जिन्हां ने जपिया जिन्हां ने गुरु घर की सेवा की बिना किसे लालच तो, सेवा करत होए निहकामी तिसको होत प्राप्त स्वामी। धन बाबा बुढ़ा साहब जी, धन भाई मरदाना जी, धन भाई भगीरथ जी। मैं भाई मरदाना जी का शब्द वरत्या, वेखो आप सेवा करते हैं झाड़ू मारते हैं, कई बार कह दें कि अज गुरु घर झाड़ू की सेवा करके आए हैं, भांडे मांजने कहने अज भांड्या की सेवा करके आए हैं, कोई भी सेवा करिए आप लफ्ज़ वरत जाने हाँ। पर धन भाई मरदाना गुरु नानक की हजूरी विच रबाब दियाँ तरंगा छेड़दा, रबाब वजाउंदा। जद पुछिया मरदानिया तू रबाब बहुत सोहनी वजाउंदा, मन एकदम मोहित हो जाता है, कहिंदा मैं रबाब नहीं वजाउंदा, मेरे हथ कम करते ने रबाब वजाउण वाला तो आप गुरु नानक है। बस मैं जिहड़ी बेनती करनी चाहुंदा सां भी इंद्री जित भाई मरदाने की तरह भी जो कुछ कहना सो आपे कहे, जिसका कार्य तिने किया मानस क्या बेचारा राम, एहो जिहियां बिरतियां होणगियां ते तां ही साडे अंदर ए इंद्री जित वाली भावना आवेगी, असी भी अपनियां इंद्रियां नूं जित सकांगे जिद्दन गुरु दा आसरा तक लवांगे। मैं बेनती करां कि कोल हथियार तगड़े होण, कोल कमांडर तगड़ा होवे, ते फौज नूं कह दो कि उस जगह ते जाके कब्जा करना है, हथियार होण कमांडर पिछे होवे ते प्यारियो फौज पल नहीं लाउंदी कब्जा करन दे विच, जंग जित जांदी है। मैं बेनती करां कमांडर भी तगड़ा है, हथियार भी तगड़े ने। धन गुरु ग्रंथ साहिब महाराज कहिंदे गुरते ज्ञान पाया अत खड़ग करारा, खड़ग भाव के हथियार, ते कई जगह खड़ग दा जिहड़ा अर्थ है वह है खंडन करना, जिवें कहिंदे ने खड़ग शमशीर पापियां दा खंडन करदी है, जालमां दा खंडन करदी है। कहिंदे परमात्मा दे नाम रूपी खड़ग तेरे अंदर दुखां दा खंडन करदी है, चिंता दा खंडन करदी है। कहिंदे कमांडर तगड़ा है गुरु शब्द,
ਹਥਿਆਰ ਤਗੜੇ ਨੇ, ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ, ਬਸ ਜੇ ਹੁਣ ਲੋੜ ਹੈ ਤੇ ਇਹਨਾਂ ਦੀ ਹਜ਼ੂਰੀ ਵਿੱਚ ਆ ਕੇ ਇਹਨਾਂ ਨੂੰ ਧਾਰਨ ਕਰਨ ਦੀ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਮਹਾਰਾਜ ਕਹਿੰਦੇ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਜਿਹੜਾ ਇੰਦਰੀਆਂ ਨੂੰ ਜਿੱਤ ਲਵੇ ਉਹ ਪੰਜਾਂ ਵਿਕਾਰਾਂ ਦੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਪਰ ਗੱਲ ਇੱਕ ਇਹ ਵੀ ਹੈ ਕਿ ਨਾਨਕ ਕੋਟ ਮਧੇ ਕੋ ਐਸਾ ਅਪਰਸ, ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਜਿਹੜਾ ਉਸ ਅਪਰਸ ਵਾਲੇ ਪਰਮਾਤਮਾ ਤੱਕ ਪਹੁੰਚ ਕੇ ਖੁਦ ਅਪਰਸ ਹੋ ਜਾਂਦਾ, ਜਿਹਨੂੰ ਵਿਕਾਰ ਨਹੀਂ ਛੂ ਸਕਦੇ, ਜਿਹਨੂੰ ਵਿਸ਼ੇ ਵਿਕਾਰ, ਜਿਹਨੂੰ ਕ੍ਰੋਧ, ਜਿਹਨੂੰ ਹੰਕਾਰ, ਜਿਹਨੂੰ ਲੋਭ ਮੋਹ ਨਹੀਂ ਛੂ ਸਕਦੇ। ਕਹਿੰਦੇ ਉਹ ਕੋਈ ਵਿਰਲਾ ਹੁੰਦਾ ਹੈ, ਉਹ ਉਹੀ ਹੁੰਦਾ ਹੈ ਜਿਹੜਾ ਆ ਕੇ ਗੁਰੂ ਨਾਨਕ ਦੇ ਦੁਆਰੇ ਤੇ ਢਹਿ ਕੇ ਇਹ ਗੱਲ ਕਹਿ ਦੇਵੇ ਕਿ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਸੰਸਾਰ ਦੇ ਇਸ ਭਵਜਲ ਸਾਗਰ ਤੋਂ ਪਾਰ ਲੰਘਾ ਕੇ ਵਿਸ਼ਿਆਂ ਵਿਕਾਰਾਂ ਤੋਂ ਬਚਾ ਲਵੋ। ਜਿਹੜਾ ਆ ਕੇ ਗੁਰੂ ਨਾਨਕ ਅੱਗੇ ਤਰਲਾ ਪਾਵੇ ਭਾਈ ਲਾਲੋ ਦੀ ਤਰ੍ਹਾਂ, ਜਿਹੜਾ ਗੁਰੂ ਨਾਨਕ ਅੱਗੇ ਤਰਲਾ ਪਾਵੇ ਬਾਬਾ ਬੁੱਢਾ ਸਾਹਿਬ ਜੀ ਦੀ ਤਰ੍ਹਾਂ, ਜਿਹੜਾ ਗੁਰੂ ਨਾਨਕ ਅੱਗੇ ਆ ਕੇ ਤਰਲਾ ਪਾਵੇ ਭਾਈ ਭਗੀਰਥ ਜੀ ਤਰ੍ਹਾਂ, ਭਾਈ ਮਾਲੋ ਅਤੇ ਭਾਈ ਮਾਂਗਾ ਜੀ ਦੀ ਤਰ੍ਹਾਂ। ਸੋ ਅਗਲੀ ਪੰਕਤੀਆਂ ਦੇ ਵਿੱਚ, ਅਗਲੇ ਪਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਉਪਦੇਸ਼ ਕਰਦੇ ਨੇ, ਹੋਰ ਗਿਆਨ ਦੀਆਂ ਗੰਢਾਂ ਨੂੰ ਖੋਲ੍ਹਦੇ ਨੇ ਕਿ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਮ ਦੀ ਸਮਝ ਸੰਸਾਰ ਦੇ ਬੰਦੇ ਨੂੰ ਪੈ ਜਾਵੇ, ਇਸ ਗੁਰਸਿੱਖ ਨੂੰ ਪਰਮਾਤਮਾ ਦੇ ਨਾਮ ਦੀ ਸਮਝ ਪੈ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ। ਮਹਾਰਾਜ ਬੈਸਨੋ ਸ਼ਬਦ ਵਰਤਦੇ ਨੇ, ਪ੍ਰਾਤਨ ਗ੍ਰੰਥਾਂ ਦੇ ਵਿੱਚ ਬੈਸਨੋ ਸ਼ਬਦ ਵਿਸ਼ਨੂੰ ਲਈ ਵੀ ਵਰਤਿਆ ਗਿਆ ਹੈ, ਵਿਸ਼ਨੂੰ ਦੀ ਭਗਤੀ ਕਰਨ ਲਈ ਵੀ ਵਰਤਿਆ ਗਿਆ ਹੈ। ਪਰ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਬੈਸਨੋ ਭਗਤੀ ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਪ੍ਰਸੰਨਤਾ ਹੋ ਜਾਵੇ, ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਵੇ, ਜਿਨ੍ਹਾਂ ਉੱਤੇ ਗੁਰੂ ਨਾਨਕ ਦਾ ਤਰਸ ਹੋ ਜਾਵੇ, ਰਹਿਮ ਹੋ ਜਾਵੇ। ਕਹਿੰਦੇ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਜਿਨ੍ਹਾਂ ਉੱਤੇ ਉਹ ਸੋ ਤੋਂ ਭਾਵ ਉਹ ਪਰਮਾਤਮਾ ਪ੍ਰਸੰਨਤਾ ਦੀ ਮਿਹਰ ਤੱਕ ਦੇਵੇ, ਪਰਮਾਤਮਾ ਮਿਹਰ ਪਾ ਦੇਵੇ, ਮਿਹਰ ਵਾਲੀ ਦ੍ਰਿਸ਼ਟੀ ਨਾਲ ਵੇਖ ਲਵੇ। ਬਿਸਨ ਕੀ ਮਾਇਆ ਤੇ ਹੋਏ ਭਿੰਨ, ਬਿਸਨ ਤੋਂ ਭਾਵ ਵਿਸ਼ੇ ਵਿਕਾਰ। ਵੈਸੇ ਕਈਆਂ ਨੇ ਸ਼ਬਦ ਵਿਸ਼ਨੂੰ ਵੀ ਵਰਤਿਆ ਹੈ ਕਿ ਵਿਸ਼ਨੂੰ ਦੀ ਇਹ ਮਾਇਆ, ਇਹ ਸਾਰਾ ਸੰਸਾਰ ਹੈ। ਪਰ ਇਹ ਸਾਰਾ ਸੰਸਾਰ ਇਹ ਮਾਇਆ 'ਚ ਹੈ ਕੀ? ਇਹ ਸਾਰੀ ਮਾਇਆ ਦੇ ਵਿੱਚ ਕੇਵਲ ਅਤੇ ਕੇਵਲ ਵਿਸ਼ੇ ਵਿਕਾਰ ਨੇ, ਜਿਹੜੇ ਬੰਦੇ ਨੂੰ ਆਪਣੀਆਂ ਬੁੱਕਲਾਂ ਵਿੱਚ ਲੈਂਦੇ ਨੇ, ਜਿਹੜੇ ਬੰਦੇ ਨੂੰ ਗਲਵੱਕੜੀ ਪਾ ਕੇ ਉਹਨੂੰ ਪਰਮਾਤਮਾ ਦੇ ਨਾਮ ਤੋਂ ਦੂਰ ਲਿਜਾ ਰਹੇ ਨੇ। ਮਹਾਰਾਜ ਕਹਿੰਦੇ ਇੱਕ ਕੰਮ ਕਰ, ਪਰਮਾਤਮਾ ਦੇ ਨਾਮ ਦੀ ਸਮਝ ਜੇ ਪਾਉਣਾ ਚਾਹੁੰਦਾ ਆਪਣੇ ਮਨ ਨੂੰ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਇਹ ਮਾਇਆ ਤੋਂ ਆਪਣੇ ਮਨ ਨੂੰ ਭਿੰਨ ਕਰ ਲੈ, ਭਾਵ ਕੇ ਵੱਖਰਾ ਕਰ ਲੈ। ਪਰ ਵੱਖਰਾ ਕਰਾਂਗੇ ਕਿਵੇਂ? ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਮਾਇਆ ਤੋਂ ਵੱਖਰਾ ਨਹੀਂ ਹੋਇਆ ਜਾ ਸਕਦਾ। ਇਸੇ ਕਰਕੇ ਆਨੰਦ ਸਾਹਿਬ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸ਼ਬਦ ਵਰਤੇ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੈਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਜਿਨ੍ਹਾਂ ਦੀ ਲਿਵ ਗੁਰ ਸ਼ਬਦ ਦੇ ਵਿੱਚ ਜੁੜ ਜਾਵੇ, ਪਰਮਾਤਮਾ ਦੇ ਨਾਮ ਦੇ ਧੁਣੀ ਦੇ ਵਿੱਚ ਲਿਵ ਜੁੜ ਜਾਵੇ, ਕਹਿੰਦੇ ਉਹ ਮਾਇਆ ਦੇ ਵਿੱਚ ਰਹਿ ਕੇ ਵੀ, ਮਾਇਆ ਦੇ ਪ੍ਰਭਾਵ ਤੋਂ ਦੂਰ ਰਹਿ ਕੇ ਵੀ ਪਰਮਾਤਮਾ ਨੂੰ ਪਾ ਸਕਦੇ ਨੇ। ਕਿਵੇਂ ਪਾ ਸਕਦੇ ਨੇ? ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਬਸ ਬਜ਼ੁਰਗੀ ਹਸਤ ਅੰਦਰ ਯਾਦ ਊ, ਯਾਦ ਊ ਕੁਨ ਯਾਦ ਊ ਕੁਨ ਯਾਦ ਊ। ਕਹਿੰਦੇ ਪਾ ਸਕਦੇ ਨੇ ਕੇਵਲ ਅਤੇ ਕੇਵਲ ਪਰਮਾਤਮਾ ਦੀ ਯਾਦ ਨੂੰ ਸਦਾ ਲਈ ਹਿਰਦੇ 'ਚ ਵਸਾ ਕਰਕੇ। ਕੋਈ ਕਰਮ ਕਾਂਡ ਨਹੀਂ, ਕੋਈ ਵੱਖਰਾ ਲਿਬਾਸ ਨਹੀਂ, ਕੋਈ ਵੱਖਰੀ ਕਿਰਿਆ ਨਹੀਂ। ਭਾਵੇਂ ਗੁਰੂ ਕਾ ਸਿੱਖ ਘਰ ਵਿੱਚ ਹੈ, ਭਾਵੇਂ ਕੰਮ ਕਾਰ ਵਿੱਚ ਹੈ, ਭਾਵੇਂ ਪੜ੍ਹਾਈ ਕਰ ਰਿਹਾ, ਬਸ ਹਰ ਪਲ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੈਪੂਤੇ। ਬਿਸਨ ਕੀ ਮਾਇਆ ਤੇ ਹੋਏ ਭਿੰਨ, ਮਾਇਆ ਦੇ ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਵੇ। ਕਮਲ ਜਿਉਂ ਜਲ ਮਾਇਆ ਵਿੱਚ ਰਹੇ ਅਲੇਪ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਜਿਵੇਂ ਕਮਲ ਦਾ ਫੁੱਲ ਉਹ ਗਾਰੇ ਵਿੱਚ ਰਹਿ ਕੇ, ਚੀਕੜ 'ਚ ਰਹਿ ਕੇ ਉਹਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ, ਕਹਿੰਦੇ ਇਸੇ ਤਰ੍ਹਾਂ ਬਿਸਨ ਕੀ ਮਾਇਆ
ते हुए पेन तू उस दी माया तो वखरा होवे करम करत होवे नह करम तिस बैसनों का निर्मल धर्म कहिंदे धर्म दे काम करन लग्या धर्म दे काम दियां सेवावां नभाउण लग्या तेरे अंदर किसे चीज दी संसार दे पदार्थां दी चाह ना होवे करम करत होवे नह करम करम करदिआं होइआं वी तू नह करम होवे भाव के काम तू कर रहा है पर तू काम करदिआं होइआं इह मत समझे कि इह काम मैं कर रहा अपने मन विच इह भावना रखे कि जिसका कार्ज तिन्हे किया मानस क्या बेचारा राम जिदा कार्ज सी ओही किरपा करके मेरे तो यह कार्ज करा रहा है जिदा यह कार्ज सी ओही करा रहा है। भाई बचित्र सिंह जी नू जदों धन गुरु गोबिंद सिंह महाराज सच्चे पातशाह ने थापड़ा दिता कि जाके हाथी नू धूड़ चटा के आओ तो उत्थे उन्हां दे मन विच यह भावना सी कि भावें नागनी मेरे हाथ विच है वर्षा मेरे हाथ विच है पर सच्ची गल यह है शरीर भावें मेरा वरतेगा पर शरीर विच शरीर नू ताकत बख्शन वाला बल बख्शन वाला गुरु कलगीधर पातशाह है शरीर भावें मेरा है पर ताकत बख्शन वाला बल बख्शन वाला धन गुरु गोबिंद सिंह महाराज है। महाराज कहिंदे करम करत होवे नह करम धर्म दा काम करन लग्या सेवा करन लग्या सेवा करत होए नह कामी तिसको होत प्राप्त स्वामी जे ए भावना तेरे अंदर होवेगी तिस बैसनो का निर्मल धर्म कहिंदे ताही तेरा कीता होया धर्म दा काम निर्मल हो जाएगा। नहीं तो कई बार वेखदे हां कि काम धर्म दा हुंदा है पर धर्म दे काम दे विच वी किते ना किते लालच दी मैल आ जांदी है धर्म दा काम करन लग्या वी किते ना किते अहंकार दी मैल आ जांदी है धर्म दा काम करन लग्या वी किते ना किते हंकार दी मैल आ जांदी है। महाराज कहिंदे तिस वैष्णो का निर्मल धर्म उस वैष्णव भगती वाले दा धर्म निर्मल होवेगा किदा जिहड़ा धर्म दा काम करन लग्या बाणी पढ़न लग्या सेवा करन लग्या ये गल कवे कि पातशाह करोण वाला ते तू खुद ही है मैं ते केवल एक जरिया हाँ। पर महाराज कहिंदे नेह करम कदों होवेगा तेरा धर्म निर्मल कदों होवेगा कहिंदे काहू फल की इच्छा नहीं बच्छ कहिंदे किसे भी संसार दे फल दी इच्छा तेरे अंदर ना होवे वेखो बीज पाइए ते एक दिन रुख ने आकार उहदा आकार प्रफुल्लत होवेगा फल जरूर लगणगे। महाराज कहिंदे तू सेवा दा बीज पाया है कदे ना कदे फल लगेगा पर तेरे अंदर किसे फल दी इच्छा ना होवे वेखो मैं कह ते रहा वां पर धन गुरु ग्रंथ साहिब महाराज की हजूरी दे अंदर सजे हाँ गल सच्ची करिए कि भावें कथा करन जाइए भावें गुरु घर बाणी पढ़न जाइए सेवा करन जाइए मन दे विच सारिआं दे मनां दे विच कोई ना इच्छा जरूर हुंदी है कोई ना कोई इच्छा हर एक दे मन विच है पर जो महाराज ने बचन कहा कि काहू फल की इच्छा नहीं बांछे कहिंदे तेरे अंदर संसार दे पदार्थां दे फल दी इच्छा ना होवे केड़े फल दी इच्छा होवे कहिंदे जे जे तुमरे ध्यान को नित उठ ध्यान है संत अंत लहेंगे मुकत फल पावेंगे भगवंत फल भगवान दे नाम दे फल दी इच्छा होवे जे तेरे अंदर कोई इच्छा है ते भगवान दे नाम दे फल दी इच्छा रख अंत लहेंगे मुकत फल पावेंगे भगवंत कहिंदे काहू फल की इच्छा नहीं बंछै केवल भगत कीर्तन संग राचै केवल ते केवल भगती केवल ते केवल बंदगी केवल ते केवल कीर्तन दे विच तेरी रुचि होवे तेरे मन दी रुचि होवे केवल ते केवल सतसंगत दे विच जाके कीर्तन सुनन दी कीर्तन करन दी ते कीर्तन मनन दी भगती करन दी भगती सुनन दी ते भगती मनन दी कहिंदे तां ही तेरा ए जो धर्म दा कीता होया काम ए निर्मल हो जावेगा ए निर्मैल हो जावेगा। अगली पंक्ति दे विच सतगुरु समझाउंदे ने कि केवल ते केवल भगती वल कीर्तन वल साडी रुचि किवें जावेगी कहिंदे मन तन अंतर सिमरन गोपाल तेरे मन दे विच तेरे तन दे विच गोपाल दा परमात्मा दे नाम दा सिमरन चलदा रवे परमात्मा दे नाम दी धुनी चलदी रवे गुरु घर दी केवल दहलीज दे अंदर ही नहीं जदों तू गुरु घर हाजरी भर के बाहर जावें
ਤੇ ਤੇਰੇ ਤਨ ਤੇ ਤੇਰੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਚੱਲਦਾ ਰਹੇ। ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੀ ਧੂਣੀ ਚੱਲਦੀ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਧੂਣੀ ਇਹ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਮੈਂ ਬਾਰ ਬਾਰ ਧੂਣੀ ਲਫ਼ਜ਼ ਇਸ ਕਰਕੇ ਵਰਤ ਰਿਹਾ, ਮੈਂ ਖਿਣ ਮਾਤਰ ਬੇਨਤੀ ਕਰਾਂ ਪਿਆਰਿਓ, ਜਦੋਂ ਸੰਸਾਰ ਨਹੀਂ ਸੀ, ਕੇਵਲ ਤੇ ਕੇਵਲ ਅਰਬਦ ਨਰਬਦ ਧੁੰਦੂਕਾਰਾ ਸੀ, ਕੇਵਲ ਕੁੱਪ ਹਨੇਰਾ ਸੀ, ਮਨ ਤਨ ਅੰਤਰ ਸਿਮਰਨ ਗੋਪਾਲ, ਮਨ ਤੇ ਤਨ ਵਿੱਚ ਸਿਮਰਨ ਕਿਵੇਂ ਚੱਲੇਗਾ, ਪਰਮਾਤਮਾ ਦੇ ਨਾਮ ਦੀ ਧੁਨੀ ਕਿਵੇਂ ਚੱਲੇਗੀ। ਜਦੋਂ ਕੁਝ ਨਹੀਂ ਸੀ, ਸੰਸਾਰ ਤੇ ਘੁੱਪ ਹਨੇਰਾ ਸੀ, ਉਦੋਂ ਕੇਵਲ ਤੇ ਕੇਵਲ ਇੱਕ ਧੁਨੀ ਸੀ, ਕੇਵਲ ਤੇ ਕੇਵਲ ਇੱਕ ਧੁਨੀ ਸੀ ਪਰਮਾਤਮਾ ਦੇ ਨਾਮ ਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸੇ ਧੁਨੀ ਨੂੰ ਪ੍ਰਵਿਰਤ ਕਰਕੇ ਵਾਹਿਗੁਰੂ ਗੁਰਮੰਤਰ ਦੀ ਧੁਨੀ ਬਣਾ ਦਿੱਤਾ। ਪਰ ਫਿਰ ਭਗਤ ਸਾਹਿਬ ਨੇ ਕਿਹਾ, ਇਹ ਅੱਖਰ ਖਿਰ ਜਾਹੇਂਗੇ, ਉਹ ਇਹ ਅੱਖਰ ਇਨਮੇ ਨਾਹੇ। ਕਹਿੰਦੇ ਅੱਜ ਜਪਣਾ ਸ਼ੁਰੂ ਕੀਤਾ ਹੈ, ਵਾਹਿਗੁਰੂ ਗੁਰਮੰਤਰ ਦੀ ਧੁਨੀ ਤੈਨੂੰ ਸੁਣਾਈ ਵਿੱਚ ਆਵੇਗੀ, ਪਰ ਕਹਿੰਦੇ ਜਦੋਂ ਜਪਣਾ ਸ਼ੁਰੂ ਕਰ ਦੇਵੇਂਗਾ, ਜੇ ਗੁਰੂ ਨੇ ਤਰਸ ਕਰਕੇ ਰਹਿਮਤ ਕਰਕੇ ਤੈਨੂੰ ਮੰਜ਼ਲ ਤੱਕ ਅਪੜਾ ਦਿੱਤਾ, ਇਹਨਾਂ ਅੱਖਰਾਂ ਦੀ ਧੁਨੀ ਤੋਂ ਬਾਅਦ ਇੱਕ ਅਨਹਦ ਸੁਣੋ ਵਡਭਾਗੀ ਹੋ, ਫਿਰ ਇੱਕ ਅਨਹਦ ਨਾਦ ਦੀ ਤੈਨੂੰ ਪ੍ਰਾਪਤੀ ਹੋਵੇਗੀ। ਇਹ ਜਪਣ ਵਾਲਿਆਂ ਦੀਆਂ ਗੱਲਾਂ ਨੇ। ਸੋ ਸਤਿਗੁਰੂ ਕਹਿੰਦੇ ਮਨ ਤਨ ਅੰਤਰ ਸਿਮਰਨ ਗੋਪਾਲ, ਕਹਿੰਦੇ ਤੇਰੇ ਮਨ ਦੇ ਵਿੱਚ ਤੇਰੇ ਤਨ ਦੇ ਵਿੱਚ ਹਰੀ ਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਹੋਵੇ। ਮਹਾਰਾਜ ਨੇ ਤਨ ਸ਼ਬਦ ਵਰਤਿਆ, ਕੇਵਲ ਇਹ ਨਹੀਂ ਕਿਹਾ ਵੀ ਰਸਨਾ ਦੇ ਉੱਤੇ ਸਿਮਰਨ ਹੋਵੇ, ਤਨ ਦੇ ਵਿੱਚ ਅੱਖਾਂ ਵੀ ਆ ਜਾਂਦੀਆਂ, ਤਨ ਦੇ ਵਿੱਚ ਕੰਨ ਵੀ ਆ ਜਾਂਦੇ ਨੇ, ਤਨ ਦੇ ਵਿੱਚ ਜ਼ਬਾਨ ਵੀ ਆ ਜਾਂਦੀ ਹੈ। ਕੇਵਲ ਕਹਿੰਦੇ ਜ਼ਬਾਨ ਨਾਲ ਨਹੀਂ, ਰਸਨਾ ਦੇ ਉੱਤੇ ਮਿੱਠੀ ਮਿੱਠੀ ਧੁਨ ਠੀਕ ਹੈ। ਕਹਿੰਦੇ ਤੇਰੇ ਇਹ ਅੱਖਾਂ ਤੇਰੇ ਨੇਤਰ ਇਹ ਜਦੋਂ ਸੰਸਾਰ ਵਿੱਚ ਵਿਚਰਨ, ਇਹਨਾਂ ਵਿੱਚ ਵੀ ਪਰਮਾਤਮਾ ਦੇ ਨਾਮ ਦਾ ਸਿਮਰਨ ਹੋਵੇ, ਭਾਵ ਕਿ ਤੂੰ ਸਰਬ ਮੈਂ ਪੇਖੈ ਭਗਵਾਨ, ਜਿਹੜਾ ਮਹਾਰਾਜ ਨੇ ਸਲੋਕ 'ਚ ਬਚਨ ਕਿਹਾ, ਤੇਰੇ ਅੱਖਾਂ ਵੀ ਤੇਰੀਆਂ ਅੱਖਾਂ ਸਿਮਰਨ ਕਰਨ, ਤੇਰੇ ਕੰਨ ਇਹ ਨਿੰਦਿਆ ਨਹੀਂ, ਕਾਹੂ ਕਰਨ ਨਾ ਸੁਣੈ, ਕਾਹੂ ਕੀ ਨਿੰਦਾ, ਇਹ ਕਿਸੇ ਦੀ ਨਿੰਦਿਆ ਨਾ ਸੁਣਨ, ਇਹ ਕੇਵਲ ਤੇ ਕੇਵਲ ਪਰਮਾਤਮਾ ਦੀ ਗੱਲ ਸੁਣਨ। ਤੇਰੇ ਕੰਨ ਵੀ ਤੇਰੀਆਂ ਅੱਖਾਂ ਵੀ ਤੇਰੀ ਰਸਨਾ ਵੀ ਸਿਮਰਨ ਕਰੇ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਉਸ ਗੋਪਾਲ ਦਾ ਉਸ ਪਰਮਾਤਮਾ ਦਾ ਸਿਮਰਨ ਹੋਵੇ ਜਿਹੜਾ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਹੈ, ਜਿਹੜਾ ਸਾਰਿਆਂ ਦੇ ਉੱਤੇ ਰਹਿਮਤਾਂ ਕਰਦਾ ਹੈ, ਜਿਹੜਾ ਸਾਰਿਆਂ ਦੇ ਉੱਤੇ ਬਖਸ਼ਿਸ਼ਾਂ ਕਰਦਾ ਹੈ। ਅਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਅਸਲ ਦੇ ਵਿੱਚ ਇਹਨਾਂ ਪਦਿਆਂ ਨੂੰ ਕਮਾ ਕੇ, ਜਿਹੜਾ ਨਾਮ ਦੇ ਸਿਮਰਨ ਦੀ ਧੁਨੀ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕਰਕੇ, ਫਿਰ ਆਪ ਦ੍ਰਿੜੈ ਅਵਰਹ ਨਾਮ ਜਪਾਵੈ, ਆਪ ਨਾਮ ਨੂੰ ਦ੍ਰਿੜ ਕਰਕੇ ਦੂਜਿਆਂ ਨੂੰ ਨਾਮ ਦੀ ਸੋਝੀ ਦਿੰਦਾ ਹੈ, ਦੂਜਿਆਂ ਨੂੰ ਨਾਮ ਜਪਣ ਦੀ ਜੁਗਤੀ ਦੱਸਦਾ ਹੈ। ਕਹਿੰਦੇ ਨਾਨਕ ਉਹ ਵੈਸ਼ਨੋ ਪਰਮਗਤ ਪਾਵੈ, ਅਸਲ ਦੇ ਵਿੱਚ ਉਹ ਵੈਸ਼ਨੋ ਭਗਤ ਉਹ ਪਰਮਗਤ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਕੇਵਲ ਆਪ ਜਪਦਾ ਹੀ ਨਹੀਂ, ਆਪ ਜਪ ਕੇ ਦੂਸਰਿਆਂ ਨੂੰ ਵੀ ਨਾਮ ਦਾ ਹੋਕਾ ਦਿੰਦਾ ਹੈ। ਜਿਵੇਂ ਕਦੇ ਨਾਮ ਦਾ ਹੋਕਾ ਸੰਤ ਬਾਬਾ ਅਤਰ ਸਿੰਘ ਨੇ ਦਿੱਤਾ, ਬਾਬਾ ਆਨੰਦ ਸਿੰਘ ਜੀ ਨੇ ਦਿੱਤਾ, ਕਦੇ ਬਾਬਾ ਵਿਨੋਦ ਸਿੰਘ ਜੀ ਨੇ, ਨਵਾਬ ਬਾਬਾ ਕਪੂਰ ਸਿੰਘ ਜੀ ਨੇ ਨਾਮ ਦਾ ਹੋਕਾ ਦਿੱਤਾ। ਕਹਿੰਦੇ ਕੇਵਲ ਆਪ ਹੀ ਨਹੀਂ, ਤੂੰ ਸੰਸਾਰ ਦੇ ਵਿੱਚ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਖਾਵਹੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਮਹਾਰਾਜ ਨੇ ਕੇਵਲ ਧਨ ਦੀ ਮਾਇਆ ਦੀ ਗੱਲ ਨਹੀਂ ਕੀਤੀ ਵੀ ਰਲ ਮਿਲ ਕੇ ਖਾਓ ਵੰਡ ਕੇ ਛਕੋ, ਮਹਾਰਾਜ ਨੇ ਅੰਦਰਲੀ ਕਮਾਈ ਦੀ ਵੀ ਗੱਲ ਕੀਤੀ ਹੈ ਵੀ ਭਾਈ ਗੁਰਸਿੱਖੋ ਇਹਨੂੰ ਵੀ ਰਲ ਮਿਲ ਕੇ ਖਾਓ, ਇਹਨੂੰ ਵੀ ਵੰਡ ਕੇ ਛਕੋ। ਮੈਂ ਬੇਨਤੀ ਕਰਦਾ ਹੁੰਦਾ ਵੀ ਅੰਦਰਲੀ ਕਮਾਈ ਵੀ ਵੰਡੀਏ, ਪਰ ਵੰਡਾਂਗੇ ਉਦੋਂ ਜਦੋਂ ਅੰਦਰਲੀ ਕਮਾਈ ਹੋਵੇਗੀ ਵੀ। ਬੰਦਾ ਬਾਹਰਲੀ ਕਮਾਈ ਕਰਨੀ ਚਾਹੁੰਦਾ, ਬਾਹਰਲਾ ਧਨ ਇਕੱਠਾ ਕਰਨਾ ਚਾਹੁੰਦਾ, ਬਾਹਰਲੀ ਕਮਾਈ ਕਰਨ ਲਈ ਬਾਹਰ ਨੂੰ ਭੱਜਦਾ, ਹੈਰਾਨੀ ਦੀ ਗੱਲ ਹੈ, ਅੰਦਰਲੀ ਕਮਾਈ ਇਕੱਠੀ ਤਾਂ ਕਰਨੀ ਚਾਹੁੰਦਾ ਪਰ ਕਦੇ ਅੰਦਰ ਵੱਲ ਭੱਜਿਆ ਹੀ ਨਹੀਂ, ਅੰਦਰ ਦੀ ਕਮਾਈ ਇਕੱਠੀ ਕਰਨੀ ਚਾਹੁੰਦਾ ਪਰ ਹਲੇ ਤੱਕ ਅੰਦਰ ਵੱਲ ਨਹੀਂ ਭੱਜਿਆ, ਨੇਤਰ ਬੰਦ ਕਰਕੇ ਹਲੇ ਤੱਕ ਆਪਣੇ ਮਨ ਨਾਲ ਗੱਲ ਕਰਕੇ ਨਹੀਂ ਵੇਖਿਆ ਕਿ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਹਲੇ ਤੱਕ ਮਨ ਨੂੰ ਨਹੀਂ ਪੁੱਛਿਆ, ਆਪਣੇ ਮਨ ਦੇ ਅੰਦਰ ਜਾ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਦਿਲ ਨੂੰ ਖੋਜਣ ਦੀ ਸ਼ੁਰੂਆਤ ਨਹੀਂ ਕੀਤੀ ਜਿੱਥੋਂ ਅੰਦਰ ਦੀ ਕਮਾਈ ਦੀ ਪ੍ਰਾਪਤੀ ਹੋਣੀ ਸੀ। ਆਓ, ਸਿਮਰਨ ਦੀ ਗੱਲ ਚੱਲ ਰਹੀ ਹੈ, ਧੁਨੀ ਦੀ ਗੱਲ ਚੱਲ ਰਹੀ ਹੈ, ਜਪਣ ਦੀ ਗੱਲ ਚੱਲ ਰਹੀ ਹੈ,
जपौन दी गल चल रही है। एक बार सतगुरु सच्चे पातशाह दे चरणा दे विच नाम दी धुनी दी हाजरी लवा के विचार नू सतगुरु सच्चे पातशाह कृपा करके अगां नू तोरन आओ। एक बार पातशाह दे चरणा दा ओट आसरा तकदे हुए सारे नेत्र बंद करके वाहेगुरु गुरमंत्र दी धुनी विच जुड़न दी कृपालता करनी जी। वाहे गुरु धन वाहे गुरु, 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 सो सतगुरु सच्चे पातशाह कृपा करन जे रोजाना इसे तरह बैठ के परिवार दे नाल परिवार दे जियां दे नाल जपांगे ते अगले पदे विच सतगुरु सच्चे पातशाह बख्शिश करदे ने समझाउंदे ने कि जे इस तरह जपण दी शुरुआत करेगा फिर एक दिन आवेगा भगोती भगवंत भगत का रंग। ए परमात्मा दे नाम दी भगोती, ए भगवंत, ए भगवान दा परमात्मा दे नाम दा रंग भगत नूं एक दिन चढ़ जावेगा। रंगना रंगन इस मन को नाम हरि का रंगना, जेड़े जपदे ने आपां कई बार ये शब्द वरतदे आ कि ओ सिख ओ गुरु का सिख बहुत बाणी पढ़दा है उहदे चेहरे ते एक वखरा प्रताप है, उहदे चेहरे दे उत्ते एक वखरा जलाल है, उहदियां नेत्रां दे विच उहदियां अखां दे विच एक वखरा कशिश है। मैं बेनती करा किसे घर नूं वखरा जा रंग कर दो ते आपां कहने आ कि इस घर दे रंग विच वखरी कशिश है। बस इहो गल है वी जिहड़े जपदे ने उहनां गुरसिखां नूं भगोती दा रंग भगवंत भाव के भगवान दी भगती दा रंग उस भगत नूं चढ़ चुकिया है। इसे करके उस भगत वल अज एक वखरी कशिश है। पर ये भगवंत दा रंग भगोती दा रंग चढ़ेगा कदों? महाराज कहिंदे सगल त्यागै दुष्ट का संग। जदों भगत जपण वाला जपण दी शुरुआत करन वाला दुष्टां तों भाव विशियां वकारां दा संग छड के परमात्मा दे नाम दा संग करेगा हर पल। धन गुरु गोबिंद सिंह महाराज सच्चे पातशाह नूं हाजर नाजर जाण के सतगुरु सच्चे पातशाह दा संग करेगा ते कहिंदे एक दिन आवेगा उहनूं वी परमात्मा दे नाम दा भगोती दा भगवंत दा रंग चढ़ेगा। कई जगह ते भगोती लफ्ज़ श्री साहब लई भी वरतदे ने, कृपाण लई भी वरतदे ने, पर मैं अक्सर बेनती करदा हुन्ना कि जदों संसार ते जुल्म हुंदा है ते गुरु का सिख ये बाहरली श्री साहब नूं पकड़दा है। अज अंदर जुल्म हो रहे ने, हुण लोड़ है अंदरली भगोती नूं पकड़न दी भाव के परमात्मा दे नाम दी भगोती नूं पकड़न दी। सो सतगुर कृपा करन इतनियां बेनतियां आप सब संगतां ने प्रवान करनियां। नौवें श्लोक नौवें अष्टपदी दे दो पदियां दी विचार आप सब संगतां ने सरवण कीती है। तीसरे पदे दी विचार सतगुरु सच्चे पातशाह ने प्रारंभ करवाई है। अगर सतगुरु सच्चे पातशाह कृपा करन रहमत करन स्वासां रूपी लड़ी बख्शन तां कल आप सब संगतां दे दर्शन करके आपां अगां दे पदे दी विचार सतगुरु सच्चे पातशाह दे थापड़े दा सदका करांगे। आओ धन गुरु ग्रंथ साहिब महाराज सच्चे पातशाह जीआं कोलों होईआं तमाम भुल्लां दी खिमा मंगीए कि सतगुरु सच्चे पातशाह विचार करदिआं विचार सुनदिआं आप दी हजूरी विच विचरदिआं अनेकां भुल्लां चुक्कां होईआं हन, पातशाह जी किरपा करके बख्श देणा देहो सज्जन असीसड़ियां जो होवै साहिब सिओ मेल। आओ एक बार सतगुरु सच्चे पातशाह दे चरणा दे विच हाजरी लवाउंदे होए सतगुरु सच्चे पातशाह नूं नमस्कार करिए जी। दोनों हाथ जोड़ के गज के आखो वाहिगुरु जी का खालसा वाहिगुरु जी की फतेह। राम कली।